ਜਦੋਂ ਵੀ ਕੋਈ ਕੁਦਰਤੀ ਆਫਤਾਂ ਆਉਂਦੀ ਆ ਜਾਂ ਕੋਈ ਮੁਸੀਬਤ ਦੀ ਘੜੀ ਆਉਂਦੀ ਆ ਤਾਂ ਉਹਨਾਂ ਵਿੱਚ ਜਿਹੜਾ ਮਿਡਲ ਵਰਗ ਹੈ ਜਿਹੜਾ ਉਸ ਨੂੰ ਜ਼ਿਆਦਾ ਖਤਰਾ ਮਹਿਸੂਸ ਹੁੰਦਾ ਅਤੇ ਉਸੇ ਖਤਰੇ ਦੀ ਅਸੀਂ ਗੱਲ ਕਰ ਰਹੇ ਹਾਂ ਮਿਡਲ ਏਜ ਨੂੰ ਕੀ ਖਤਰਾ ਹੈਗਾ। ਕਰੋਨਾ ਵਾਇਰਸ ਦੇ ਮਾਮਲੇ ਵਿੱਚ ਇਹ ਬਹੁਤ ਵੱਡੀ ਅਪਡੇਟ ਹੈ ਜਿਸ ਬਾਰੇ ਤੁਹਾਨੂੰ ਜਾਗਰੂਕ ਕਰਨ ਲਈ ਮੈਂ KP ਸਿੰਘ ਖਾਲਸਾ ਡਾਟੂ ਦਾ ਪੁਆਇੰਟ ਲੈ ਕੇ ਮੈਂ ਗਗਨਦੀਪ ਚੌਹਾਨ ਲਗਾਤਾਰ ਅਪਡੇਟਸ ਅਸੀਂ ਤੁਹਾਨੂੰ ਦੱਸਦੇ ਰਹੇ ਹਾਂ ਅਤੇ ਸਿਹਤ ਮੰਤਰਾਲਾ ਜਿਹੜਾ ਹੈਗਾ ਭਾਰਤ ਦਾ ਸਿਹਤ ਮੰਤਰਾਲਾ ਉਹ ਵੀ ਕਿਉਂਕਿ ਦਿਨ ਬ ਦਿਨ ਜਿਵੇਂ ਜਿਵੇਂ ਅਸੀਂ ਅੱਗੇ ਵੱਧਦੇ ਜਾ ਰਹੇ ਹਾਂ ਅੰਕੜਿਆਂ ਨੂੰ ਐਨਾਲਿਸਿਸ ਕਰ ਰਿਹਾ ਲਗਾਤਾਰ ਜਿਹੜੇ ਹੈਗੇ ਓਫੀਸ਼ੀਅਲ ਅੰਕੜੇ ਵੀ ਜਿਹੜੇ ਹੈਗੇ ਉਹ ਵੀ ਸਾਹਮਣੇ ਆ ਰਹੇ ਨੇ ਡਿਫਰੈਂਸਿਸ ਜਿਹੜੇ ਨੇ ਉਹ ਵੀ ਸਾਹਮਣੇ ਆ ਰਹੇ ਨੇ ਕਿੰਨਾ ਕੁ ਫਰਕ ਹੈਗਾ ਕਿਹਨੂੰ ਜ਼ਿਆਦਾ ਅਸਰ ਹੈਗਾ ਕਿਹਨੂੰ ਘੱਟ ਹੈਗਾ ਇਸ ਦੇ ਬਾਰੇ ਵੀ ਗੱਲ ਕਰਾਂਗੇ। ਅਸੀਂ ਤੁਹਾਨੂੰ ਇਨਫੋਰਮੇਸ਼ਨ ਦੇਣੀ ਹੈ ਟੈਨਸ਼ਨ ਨਹੀਂ ਦੇਣੀ ਇਸ ਲਈ ਅਸੀਂ ਸਵਾਲ ਇੱਕੋ ਪੁੱਛਾਂਗੇ ਭਾਰਤ ਵਿੱਚ ਕਰੋਨਾ ਦਾ ਮਿਡਲ ਅਟੈਕ ਕੀ ਫੋਰਟੀ ਕੇਸਿਸ ਆਰ ਇਨ ਪੀਪਲ ਵਿਦ ਲੈਸ ਦੈਨ 40 ਈਅਰਸ ਆਫ ਏਜ। ਭਾਰਤ ਦਾ ਸਿਹਤ ਮੰਤਰਾਲਾ ਕੀ ਕਹਿ ਰਿਹਾ ਪਹਿਲਾਂ ਉਹ ਸੁਣ ਲਈਏ। ਇੱਕੋ ਸਵਾਲ ਇਸ ਦੇ ਵਿੱਚ ਲੁਕਿਆ ਹੋਇਆ ਕਿ ਕਰੋਨਾ ਉਮਰ ਨਹੀਂ ਪੁੱਛਦਾ। ਅਬ ਤੱਕ ਆਏ ਅਗਰ ਹਮ ਟੋਟਲ ਕੇਸਿਸ ਕੋ ਐਨਾਲਿਸਿਸ ਕਰੇ ਤੋ ਜੈਂਡਰ ਕੇ ਡਿਸਟ੍ਰੀਬਿਊਸ਼ਨ ਪਰ ਦੇਖਤੇ ਹੈ ਤੋ ਅਰਾਊਂਡ 76% ਕੇਸਿਸ ਮੇਲਸ ਮੇ ਐਂਡ 24% ਕੇਸਿਸ ਫੀਮੇਲਸ ਮੇ ਪਾਏ ਗਏ ਹੈ। ਸਾਥ ਹੀ ਅਗਰ ਹਮ ਏਜ ਕੇ ਬੇਸਿਸ ਪਰ ਡਿਸਟ੍ਰੀਬਿਊਸ਼ਨ ਕੋ ਐਨਾਲਾਈਜ਼ ਕਰੇ ਤੋ 47% ਕੇਸਿਸ ਲੈਟ ਮੀ ਜਸਟ ਹਾਈਲਾਈਟ 47% ਕੇਸਿਸ ਆਰ ਇਨ ਪੀਪਲ ਵਿਦ ਲੈਸ ਦੈਨ 40 ਈਅਰਸ ਆਫ ਏਜ। 34% ਕੇਸਿਸ ਆਰ ਬਿਟਵੀਨ ਪੀਪਲ ਫਰੋਮ 40 to 60 ਈਅਰਸ ਆਫ ਏਜ ਐਂਡ 19% ਕੇਸਿਸ ਆਰ ਬਿਟਵੀਨ ਆਰ ਫੋਰ ਪੀਪਲ 60 ਈਅਰਸ ਐਂਡ ਅਬਵ। ਅਬ ਤੱਕ ਟੋਟਲ 109 ਡੈਥ ਰਿਪੋਰਟ ਹੋਈ ਹੈ ਜਿਸਮੇ ਸੇ 30 ਡੈਥ ਹੈਵ ਬਿਨ ਰਿਪੋਰਟਡ ਓਨਲੀ ਯੈਸਟਰਡੇ ਔਰ ਇਨ ਡੈਥ ਕੋ ਵੀ ਅਗਰ ਹਮ ਐਨਾਲਾਈਜ਼ ਕਰੇ ਤੋ ਹਮ ਪਾਤੇ ਹੈ ਕਿ 73% ਡੈਥ ਆਰ ਰਿਲੇਟਡ ਵਿਦ ਮੇਲਸ ਐਂਡ 27% ਆਰ ਫਾਊਂਡ ਇਨ ਫੀਮੇਲਸ। ਮੋਰਟੈਲਿਟੀ ਕਾ ਅਗਰ ਏਜ ਡਿਸਟ੍ਰੀਬਿਊਸ਼ਨ ਵੀ ਆਪ ਦੇਖੇ ਤੋ ਉਸਮੇ 63% ਡੈਥ ਦੇ ਹੈਵ ਬਿਨ ਰਿਪੋਰਟਡ ਵਿਦ ਪੀਪਲ 60 ਈਅਰਸ ਐਂਡ ਅਬਵ ਦੈਟ ਇਜ਼ ਐਲਡਰਲੀ ਪੀਪਲ। 30% ਡੈਥ ਹੈਵ ਬਿਨ ਰਿਪੋਰਟਡ ਬਿਟਵੀਨ ਪੀਪਲ ਫਰੋਮ 40 to 60 ਈਅਰਸ ਐਂਡ 7% ਡੈਥ ਹੈਵ ਬਿਨ ਰਿਪੋਰਟਡ ਫਰੋਮ ਪੀਪਲ ਬਿਲੋ 40 ਈਅਰਸ। ਅਗਰ ਹਮ ਇਸ ਡੈਥ ਕੋਮੋਰਬਿਡਿਟੀ ਕੀ ਬੇਸਿਸ ਪਰ ਵੀ ਐਨਾਲਾਈਜ਼ ਕਰੇ ਤੋ ਇਸਮੇ ਦੇਖਾ ਗਿਆ ਹੈ ਕਿ ਅਰਾਊਂਡ 86% ਡੈਥ ਆਰ ਵਿਦ ਪੀਪਲ ਹੈਵਿੰਗ ਕੋਮੋਰਬਿਡਿਟੀਜ਼ ਲਾਈਕ ਡਾਇਬਿਟੀਜ਼ ਕਰੋਨਿਕ ਕਿਡਨੀ ਡਿਜ਼ੀਜ਼ ਹਾਈਪਰਟੈਂਸ਼ਨ ਔਰ ਹਾਰਟ ਰਿਲੇਟਡ ਪ੍ਰੋਬਲਮਸ। ਸਵਾਲ ਇੱਕੋ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ, ਸਵਾਲ ਇਹ ਪੁੱਛਿਆ ਜਾਵੇਗਾ ਕਿ ਭਾਰਤ ਲਈ ਕਰੋਨਾ ਵਾਇਰਸ ਦਾ ਕਿਹੜੇ ਕਨੈਕਸ਼ਨ ਵਾਲਾ ਫੈਕਟਰ ਖਤਰਨਾਕ ਹੈ। ਇਸੇ ਸਵਾਲ 'ਤੇ ਅਸੀਂ ਬਹਿਸ ਕਰਾਂਗੇ, ਚਰਚਾ ਕਰਾਂਗੇ ਅਤੇ ਡਾਕਟਰ ਸਾਹਿਬ ਸਾਡਾ ਮੌਜੂਦ ਰਹਿਣਗੇ। ਬਹੁਤ ਹੀ ਤਜਰਬੇਕਾਰ ਡਾਕਟਰ ਸਾਡੇ ਇਸ ਪੈਨਲ ਦੇ ਵਿੱਚ ਮੌਜੂਦ ਰਹਿਣਗੇ, ਉਹਨਾਂ ਤੁਹਾਡਾ ਤਾਰੁਫ ਕਰਾ ਰਹੇ ਹਾਂ। ਡਾਕਟਰ GP ਮਲਿਕ, ਗਿਆਨ ਪ੍ਰਕਾਸ਼ ਮਲਿਕ ਜਿਨ੍ਹਾਂ ਦਾ ਤਕਰੀਬਨ 45 ਸਾਲ ਦਾ ਤਜਰਬਾ ਮੈਡੀਸਨ ਦੇ ਖੇਤਰ ਦੇ ਵਿੱਚ, ਉਹਨਾਂ ਦੀ ਮਹਾਰਤ ਹਾਸਲ ਹੈ ਅਤੇ ਡਾਇਬਿਟੀਜ਼ ਦੇ ਪੇਸ਼ੈਂਟ ਆ ਜਿਹੜੇ ਉਹਨਾਂ ਬਾਰੇ ਉਹ ਚੰਗੀ ਤਰ੍ਹਾਂ ਜਾਣਦੇ ਹੈ ਅਤੇ ਹੋਰ ਜਿਹੜੀਆਂ ਬਿਮਾਰੀਆਂ ਜਿਨ੍ਹਾਂ ਦੀ ਵਜ੍ਹਾ ਕਰਕੇ ਕਰੋਨਾ ਜਲਦੀ ਘੇਰਦਾ, ਤੁਹਾਡਾ ਇਮਿਊਨ ਸਿਸਟਮ ਕੀ ਹੈ ਉਸ ਬਾਰੇ ਬਿਹਤਰ ਤਰੀਕੇ ਨਾਲ ਜਾਣਦੇ ਹੈ। ਇਸ ਕਰਕੇ ਉਹਨਾਂ ਨੂੰ ਅੱਜ ਅਸੀਂ ਪੈਨਲ ਵਿੱਚ ਸੱਦਿਆ। ਜਿਹੜਾ ਮੈਕਸ ਸੁਪਰ ਸਪੈਸ਼ਲਿਟੀ ਹੋਸਪਿਟਲ ਹੈ ਉਹਦੇ ਮੈਡੀਕਲ ਡਾਇਰੈਕਟਰ ਨੇ ਅਤੇ ਇਹਨਾਂ ਦਾ ਇੰਨਾ ਕੁ ਤਜਰਬਾ ਦੱਸਣ ਲਈ ਕਾਫੀ ਹੈਗਾ। ਟ੍ਰਾਈ ਸਿਟੀ ਦੇ ਸਭ ਤੋਂ ਤਜਰਬੇਕਾਰ ਡਾਕਟਰ ਇਸ ਵਕਤ ਸਾਡੇ ਨਾਲ ਮੌਜੂਦ ਹੈਗੇ ਆ। ਡਾਕਟਰ GP ਮਲਿਕ, ਗਿਆਨ ਪ੍ਰਕਾਸ਼ ਮਲਿਕ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਨਮਸਕਾਰ। ਅਤੇ ਸਭ ਤੋਂ ਪਹਿਲਾਂ ਸਵਾਲ ਮਲਿਕ ਸਾਹਿਬ ਇਹੀ ਕਰਨਾ ਚਾਹੂੰਗਾ, ਮਲਿਕ ਸਾਹਿਬ ਜੋ ਸਾਡਾ ਸਿਹਤ ਮੰਤਰਾਲਾ ਕਹਿ ਰਿਹਾ ਉਸ ਦਾ ਮਤਲਬ ਇਹ ਹੋਇਆ ਕਿ ਜਿਹੜੇ ਆਪਦੇ ਆਪ ਨੂੰ ਕਹਿੰਦੇ ਆ ਕਿ ਸਾਨੂੰ ਕਰੋਨਾ ਛੂਹ ਨਹੀਂ ਸਕਦਾ, ਉਹਦਾ ਮਤਲਬ ਇਹ ਬਣਦਾ ਕਿ 40 ਸਾਲ ਤੋਂ ਘੱਟ ਉਮਰ ਦੇ ਮਾਮਲੇ 47% ਹੈ, ਜੇ 4000 ਤੋਂ ਪਾਰ ਦਾ ਅੰਕੜਾ ਜੇ ਮਰੀਜ਼ ਹੈ 47% 40 ਸਾਲ ਤੋਂ ਘੱਟਦੇ ਆ, ਇਹਦਾ ਮਤਲਬ ਕੀ ਹੈ ਸਰ? ਇਹਦਾ ਮਤਲਬ ਹੈ ਜੀ ਕਿ ਜਿਹੜੇ ਜਵਾਨ ਲੋਕ ਸਮਝਦੇ ਆ ਕਿ ਅਸੀਂ ਸੋਸ਼ਲ ਡਿਸਟੈਂਸਿੰਗ ਨਾ ਕਰੀਏ ਤੇ ਤੁਰੇ ਫਿਰੀਏ ਤੇ ਜੋ ਮਰਜ਼ੀ ਕਰ ਲਈਏ, ਇਹ ਕਰੋਨਾ ਸਿਰਫ ਬੁੱਢਿਆਂ ਦੀ ਬਿਮਾਰੀ ਹੈ, ਉਹ ਗਲਤ ਹੈ। ਕਰੋਨਾ ਨਾ ਉਮਰ ਪੁੱਛਦਾ, ਨਾ ਸੈਕਸ ਪੁੱਛਦਾ, ਨਾ ਜਾਤ ਪੁੱਛਦਾ, ਨਾ ਕੁਛ ਹੋਰ ਪੁੱਛਦਾ, ਇਹ ਹਰੇਕ ਨੂੰ ਇਫੈਕਟ ਕਰਦਾ। ਇਹ ਦੂਜੀ ਗੱਲ ਹੈ ਕਿ ਰਿਸਕ ਕਿਸੇ ਨੂੰ ਜ਼ਿਆਦਾ ਹੈ, ਕਿਸੇ ਨੂੰ ਘੱਟ ਹੈ, ਜਿਵੇਂ ਤੁਸੀਂ ਆਪਣੇ ਆਂਕੜਿਆਂ 'ਚ ਦੱਸਿਆ। ਲੇਕਿਨ ਪਹਿਲਾ ਫੈਕਟਰ ਇਹ ਹੈ ਕਿ ਜਦੋਂ 40 ਸਾਲ ਦਾ ਬੰਦਾ ਬਿਮਾਰ ਹੋ ਜਾਂਦਾ ਤਾਂ ਉਹਦੇ ਕਰਕੇ ਸਾਰਾ ਪਰਿਵਾਰ ਜਿਹੜਾ ਉਹਦੇ 'ਤੇ ਮੁਨੱਸਰ ਹੁੰਦਾ, ਜਿਹੜਾ ਉਹਦੇ 'ਤੇ ਡਿਪੈਂਡੈਂਟ ਹੁੰਦਾ, ਉਹ ਵੀ ਨਾਲ ਬਿਮਾਰ ਹੋ ਜਾਂਦਾ। ਇਹ ਸਰ ਬਹੁਤ ਵੱਡਾ ਫੈਕਟਰ ਤੁਸੀਂ ਦੱਸ ਰਹੇ ਹੋ, ਇਹ ਬਹੁਤ ਵੱਡਾ ਫੈਕਟਰ ਹੈ ਸਰ। ਮਿਡਲ ਵਰਗ ਆ ਜਿਹੜਾ ਉਹੀ ਪਿਸਦਾ ਪਿਆ ਅਤੇ ਮਿਡਲ ਏਜ ਦੇ ਵਿੱਚ ਆ ਕੇ ਜੇ ਇਹੋ ਜਿਹਾ ਫੈਕਟਰ ਸਾਡੇ ਸਾਹਮਣੇ ਆ ਰਿਹਾ ਤਾਂ ਮੈਨੂੰ ਲੱਗਦਾ ਸਾਡੇ ਲਈ ਖਤਰੇ ਦੀ ਘੰਟੀ ਹੈ।
ਬਿਲਕੁਲ ਖਤਰੇ ਦੀ ਕੰਟਰੀ ਪੂਰੀ ਹੈ ਤੇ ਇਹਦੇ ਚ ਕੋਈ ਅਲਗਰਜ਼ੀ ਜਿਹੜੀ ਯੰਗ ਲੋਕ ਆਪਣੇ ਆਪ ਕਰ ਲੈਂਦੇ ਆ ਇਹ ਸਮਝ ਕੇ ਕਿ ਜੀ ਸਾਨੂੰ ਕੁਛ ਨਹੀਂ ਹੋਣਾ ਇਹਦਾ, ਉਹ ਬਿਲਕੁਲ ਗਲਤ ਖਿਆਲ ਹੈ। ਤੁਸੀਂ ਜਿਹੜੇ ਆਂਕੜੇ ਦੱਸੇ ਹੈ ਗਵਰਨਮੈਂਟ ਆਫ ਇੰਡੀਆ ਦੇ ਆਂਕੜੇ ਹੈ ਤੇ ਤਕਰੀਬਨ ਇਹੀ ਆਂਕੜੇ ਹਰ ਜਗ੍ਹਾ ਤੋਂ ਆਏ ਹੈ। ਜ਼ਿਆਦਾ ਜਿਹੜਾ ਡਰ ਹੈ ਮੋਰਟੈਲਿਟੀ ਜ਼ਰੂਰ ਬੁੱਢਿਆਂ 'ਚ ਜ਼ਿਆਦਾ ਹੈ ਲੇਕਿਨ ਜਵਾਨਾਂ ਨੂੰ ਇਫੈਕਟ ਕਰਦੀ ਹੈ ਤੇ ਬੰਦਾ ਮਹੀਨੇ ਦੋ ਮਹੀਨੇ ਲਈ ਨਕਾਰਾ ਹੋ ਕੇ ਬਹਿ ਜਾਂਦਾ ਘਰ, ਕਮਾਈ ਬੰਦ ਹੋ ਜਾਂਦੀ ਹੈ ਤਾਂ ਸਾਰਾ ਪਰਿਵਾਰ ਉਹਦੇ ਨਾਲ ਹਿੱਲ ਜਾਂਦਾ ਹੈ ਜਦੋਂ ਉਹ ਆਈਸੋਲੇਸ਼ਨ 'ਚ ਚਲਾ ਜਾਂਦਾ। ਇਸ ਕਰਕੇ ਜਵਾਨਾਂ ਨੂੰ ਵੀ ਓਨੇ ਹੀ ਪ੍ਰੀਕੋਸ਼ਨਸ ਦੀ ਲੋੜ ਹੈ ਜਿੰਨੇ ਕਿ ਬਜ਼ੁਰਗਾਂ ਨੂੰ ਜਾਂ ਬੁੱਢਿਆਂ ਨੂੰ ਘਰਦਿਆਂ ਨੂੰ ਲੋੜ ਹੈ। ਡਾਕਟਰ ਸਾਹਿਬ ਜਿਹੜੇ ਪ੍ਰੀਕੋਸ਼ਨਸ ਦੀ ਲੋੜ ਹੈਗੀ ਹੈ, ਤੁਸੀਂ ਕਹਿ ਰਹੇ ਸੀ ਕਿ ਸੈਕਸ 'ਤੇ ਜਿਹੜਾ ਹੈਗਾ ਉਸ 'ਤੇ ਵੀ ਕੋਈ ਇੰਪੈਕਟ ਨਹੀਂ ਹੈਗਾ, ਮਤਲਬ ਮੇਲ ਹੋਵੇ ਫੀਮੇਲ ਹੋਵੇ ਦੋਵਾਂ ਨੂੰ ਬਰਾਬਰ ਕਰਦਾ, ਪਰ ਸਿਹਤ ਮੰਤਰਾਲੇ ਜਿਹੜੇ ਅੰਕੜੇ ਨੇ ਉਹ ਕੁਝ ਹੋਰ ਦੱਸਦੇ ਨੇ। ਉਹ ਕਹਿੰਦੇ ਕਿ ਮਰਦ ਮਰੀਜ਼ ਜਿਹੜੇ ਨੇ ਹੁਣ ਤੱਕ ਜਿਹੜੇ ਕੇਸ ਆਏ ਨੇ ਉਹਨਾਂ ਵਿੱਚ ਪੁਰਸ਼ ਮਰੀਜ਼ ਜਿਹੜੇ ਨੇ ਉਹਨਾਂ ਦੀ ਗਿਣਤੀ ਵੱਧ ਹੈਗੀ ਹੈ, ਮਹਿਲਾ ਮਰੀਜ਼ਾਂ ਦੀ ਘੱਟ ਹੈਗੀ ਹੈ। ਇਹਦੇ ਵਿੱਚ ਥੋੜ੍ਹਾ ਐਡ ਆਊਟ ਕੀਤਾ ਜਾ ਸਕਦਾ ਡਾਕਟਰ ਸਾਹਿਬ, ਐਡ ਆਊਟ ਕੀਤਾ ਜਾ ਸਕਦਾ ਕਿ ਪੁਰਸ਼ ਜਿਹੜੇ ਉਹ ਜ਼ਿਆਦਾ ਘਰੋਂ ਬਾਹਰ ਰਹਿੰਦੇ, ਇਸ ਕਰਕੇ ਇਹਦਾ ਫੈਕਟਰ ਜ਼ਿਆਦਾ ਤਾਂ ਨਹੀਂ ਹੈਗਾ, ਕਿਰਪਾ ਕਰਕੇ ਕਲੀਅਰ ਕਰ ਦਿਓ। ਇਸ ਫੈਕਟਰ ਨੂੰ ਜਾਂਚਣਾ, ਜਿਹੜਾ ਮੈਂ ਕਿਹਾ ਸੀਗਾ ਇਹ ਸੈਕਸ ਨੂੰ ਕੋਈ ਰਿਸਪੈਕਟ ਨਹੀਂ ਕਰਦਾ, ਮਤਲਬ ਇਹ ਹੈ ਕਿ ਤੁਸੀਂ ਫੀਮੇਲ ਹੋ ਤਾਂ ਤੁਹਾਨੂੰ ਹੋਏਗਾ ਹੀ ਨਹੀਂ, ਐਸੀ ਕੋਈ ਗੱਲ ਨਹੀਂ ਹੈ। ਤੁਸੀਂ ਠੀਕ ਕਿਹਾ ਕਿਉਂਕਿ ਮੇਲ ਜ਼ਿਆਦਾ ਬਾਹਰ ਜਾਂਦੇ ਨੇ, ਜ਼ਿਆਦਾ ਐਕਸਪੋਜ਼ ਹੁੰਦੇ ਨੇ ਤਾਂ ਜ਼ਿਆਦਾ ਚਾਂਸਿਸ ਉਹਨਾਂ ਦੇ ਹੁੰਦੇ ਨੇ, ਲੇਕਿਨ ਜਿੱਥੇ ਜਿੱਥੇ ਫੈਮਿਲੀ ਦੇ ਅੰਦਰ ਪੂਰੀ ਨੂੰ ਹੋਇਆ ਉੱਥੇ ਲੇਡੀਜ਼ ਨੂੰ ਵੀ ਓਨਾ ਹੀ ਹੋਇਆ ਜਿੰਨਾ ਬੰਦਿਆਂ ਨੂੰ ਹੋਇਆ, ਲੇਕਿਨ ਕਿਉਂਕਿ ਆਦਮੀ ਲੋਕ ਜ਼ਿਆਦਾ ਬਾਹਰ ਜਾਂਦੇ ਨੇ ਇਸ ਕਰਕੇ ਆਦਮੀਆਂ ਨੂੰ ਇਨਫੈਕਸ਼ਨ ਜ਼ਿਆਦਾ। ਸਰ ਸਰ ਥੋੜ੍ਹਾ ਜਿਹਾ ਇਹਦੇ 'ਚ ਐਡ ਆਨ ਕਰਦਾ ਇੱਕ ਸਵਾਲ ਹੋਰ ਹੈ, ਲੇਡੀਜ਼ ਜਿਹੜੀ ਇਮਿਊਨ ਸਿਸਟਮ ਹੈ ਉਹਨਾਂ ਦਾ ਜਿਹੜੀ ਬਿਮਾਰੀਆਂ ਲੜਨ ਦੀ ਸਮਰੱਥਾ ਉਹ ਮਰਦ ਨਾਲੋਂ ਜ਼ਿਆਦਾ? ਐਸਾ ਕੋਈ ਨਹੀਂ, ਕਈ ਬਿਮਾਰੀਆਂ ਐਸੀਆਂ ਹੁੰਦੀਆਂ ਜਿਨ੍ਹਾਂ ਦੇ ਸੈਕਸ ਪ੍ਰੈਡਿਲੈਕਸ਼ਨ ਹੁੰਦੀ ਹੈ ਕਿ ਔਰਤਾਂ ਨੂੰ ਜ਼ਿਆਦਾ ਹੁੰਦੀਆਂ, ਕਈ ਬਿਮਾਰੀਆਂ ਐਸੀਆਂ ਜਿਹੜੀਆਂ ਆਦਮੀਆਂ ਨੂੰ ਜ਼ਿਆਦਾ ਹੁੰਦੀਆਂ, ਜਿਵੇਂ ਜੋੜਾਂ ਦੀ ਬਿਮਾਰੀਆਂ ਉਹ ਜ਼ਿਆਦਾ ਔਰਤਾਂ ਨੂੰ ਹੁੰਦੀਆਂ ਆਦਮੀਆਂ ਨੂੰ ਘੱਟ ਹੁੰਦੀਆਂ। ਤੇ ਇਸ ਕਰਕੇ ਹਰ ਇਮਿਊਨ ਸਿਸਟਮ ਦਾ ਰਿਸਪੋਂਸ ਹਰ ਬਿਮਾਰੀ ਵਾਸਤੇ ਡਿਫਰੈਂਟ ਹੈ, ਤੇ ਇਸ ਕਰਕੇ ਇਹ ਕਹਿਣਾ ਕਿ ਕਿਉਂਕਿ ਉਹਨਾਂ 'ਚ ਇਮਿਊਨਿਟੀ ਬੈਟਰ ਹੈ ਇਸ ਕਰਕੇ ਔਰਤਾਂ ਨੂੰ ਘੱਟ ਹੁੰਦਾ, ਇਸ ਵਾਇਰਸ ਬਾਰੇ ਸ਼ਾਇਦ ਹਾਲੇ ਅਸੀਂ ਉਸ ਸਟੇਜ ਤੇ ਨਹੀਂ ਪਹੁੰਚੇ ਕਿ ਪੱਕਾ ਨਤੀਜਾ ਕਿਹਾ ਜਾ ਸਕੇ। ਡਾਕਟਰ ਸਾਹਿਬ ਪੂਰੀ ਦੁਨੀਆ ਦੇ ਵਿੱਚ ਜਿਹੜੀ ਇਸ ਵੇਲੇ ਜੰਗ ਲੜੀ ਜਾ ਰਹੀ ਹੈ, ਅਸੀਂ ਇਸ ਜੰਗ ਵਿੱਚ ਕਿੱਥੇ ਖੜੇ ਹਾਂ? ਅਸੀਂ ਬਾਕੀਆਂ ਨਾਲੋਂ ਕਾਫੀ ਅੱਛੇ ਖੜੇ ਹਾਂ। ਜੇ ਦੁਨੀਆ ਦਾ ਗ੍ਰਾਫ ਜਿਹੜਾ ਬਾਕੀ ਜਗ੍ਹਾ ਦੇਖੀਏ, ਭਾਵਾਂ ਇਟਲੀ ਹੋਵੇ, ਭਾਵਾਂ ਅਮੈਰੀਕਾ ਹੋਵੇ, ਭਾਵਾਂ ਇਨੀਸ਼ੀਅਲ ਸਟੇਜ ਆਫ ਚਾਈਨਾ ਹੋਵੇ ਜਾਂ ਸਪੇਨ ਹੋਵੇ, ਫਰਾਂਸ ਹੋਵੇ, ਉਹਨਾਂ ਦੇ ਵਿੱਚ ਜਦੋਂ ਤੀਜੇ ਹਫ਼ਤੇ ਚੌਥੇ ਹਫ਼ਤੇ ਜਿਸ ਤਰ੍ਹਾਂ ਗ੍ਰਾਫ ਇਕਦਮ ਉੱਪਰ ਗਿਆ, ਉਹ ਸਾਡੇ ਹਾਲੇ ਓਨਾ ਗ੍ਰਾਫ ਉੱਚਾ ਨਹੀਂ ਗਿਆ। ਇਹ ਸਾਡੇ ਵੇਲੇ ਸਿਰ ਸਟੈਪ ਲੈਣ ਕਰਕੇ ਸਾਡੀ ਹਾਲਾਤ ਬਾਕੀਆਂ ਨਾਲੋਂ ਬਹੁਤ ਬਿਹਤਰ ਨੇ, ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਸ ਗੱਲ ਤੇ ਰਿਲੈਕਸ ਹੋ ਜਾਈਏ, ਨਾ, ਸਾਨੂੰ ਪ੍ਰੀਕੋਸ਼ਨ ਹੋਰ ਵੀ ਜ਼ਿਆਦਾ ਚਾਹੀਦੇ ਨੇ, ਕਿਉਂਕਿ ਡਰ ਇਹ ਹੈ ਕਿ ਜੇ ਸਾਡੇ ਫੈਲਿਆ ਤਾਂ ਸਾਡੀ ਪਾਪੂਲੇਸ਼ਨ ਇੰਨੀ ਹੈ ਕਿ ਸਾਡੇ ਡੈਂਸਲੀ ਪਾਪੂਲੇਟਡ ਏਰੀਆਜ਼ ਇੰਨੇ ਨੇ ਕਿ ਜੇ ਉਹਨਾਂ ਦੇ ਵਿੱਚ ਇੱਕ ਵਾਰੀ ਕਮਿਊਨਿਟੀ ਸਪਰੈਡ ਆ ਗਿਆ ਤਾਂ ਸਾਨੂੰ ਨਹੀਂ ਪਤਾ ਅਸੀਂ ਕਿਵੇਂ ਸਾਂਭ ਪਾਵਾਂਗੇ ਇਹਨੂੰ। ਹਾਲ ਦੀ ਘੜੀ ਤੱਕ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਪ੍ਰੋਗਰੈਸ ਠੀਕ ਹੈ, ਬਹੁਤ ਅੱਛੀ ਸੀ ਪਹਿਲਾਂ, ਜਦ ਤੱਕ ਸਾਨੂੰ ਇਹ ਦਿੱਲੀ ਦਾ ਇੱਕ ਕਿੱਸਾ ਹੋਣ ਕਰਕੇ ਕਿੰਨੇ ਜ਼ਿਆਦਾ ਕੇਸ ਸਾਡੇ ਸਡਨਲੀ ਵੱਧ ਗਏ, ਉਸ ਤੋਂ ਪਹਿਲਾਂ ਤਾਂ ਅਸੀਂ ਬਹੁਤ ਹੀ ਅੱਛੇ ਚੱਲ ਰਹੇ ਸੀ। ਡਾਕਟਰ ਸਾਹਿਬ ਤੁਸੀਂ ਇੱਕ ਗੱਲ ਕਹੀ ਹੈ ਕਿ ਸਾਡੀ ਰਿਪੋਰਟ ਬੜੀ ਅੱਛੀ ਹੈਗੀ ਹੈ ਸਾਡੇ ਦੇਸ਼ ਦੀ, ਚਲੋ ਚੰਗੀ ਹੀ ਰਹੇ, ਅਸੀਂ ਸਾਰੇ ਦੁਆ ਕਰਦੇ ਹਾਂ, ਪਰ ਡਾਕਟਰ ਸਾਹਿਬ ਸਵਾਲ ਇਹ ਹੈਗਾ ਦੁਆ ਦੇ ਵਿਚਾਲੇ ਕਿ ਅਸੀਂ ਸਿਰਫ ਕਰਫਿਊ ਕਰਕੇ ਜਾਂ ਲੋਕਡਾਊਨ ਕਰਕੇ ਚੰਗੇ ਹਾਂ, ਸਾਡੇ ਹੈਲਥ ਸਿਸਟਮ ਕਰਕੇ ਤਾਂ ਨਹੀਂ ਅਸੀਂ ਚੰਗੇ, ਜਾਂ ਚੰਗੇ ਉਸ ਕਰਕੇ ਵੀ ਹਾਂ ਕਿਉਂਕਿ ਸਾਡੇ ਓਨੇ ਟੈਸਟ ਨਹੀਂ ਹੋਏਗੇ। ਜੇ ਤੁਸੀਂ 10 ਲੱਖ ਪ੍ਰਤੀ ਟੈਸਟ ਦਾ ਅੰਕੜਾ ਤੁਸੀਂ ਦੇਖੋਗੇ, ਮੈਨੂੰ ਲੱਗਦਾ ਦੱਸਣ ਦੀ ਤੁਹਾਨੂੰ ਲੋੜ ਨਹੀਂ, ਤੁਹਾਨੂੰ ਪਤਾ ਲੱਗ ਜੂਗਾ 102 'ਤੇ ਖੜੇ ਹਾਂ ਅਸੀਂ। ਸਰ ਜੀ ਦੇਖੋ, ਸਾਡੇ ਇਹ ਇਸ ਕੋਈ ਸ਼ੱਕ ਨਹੀਂ ਕਿ ਸਾਡੇ ਟੈਸਟ ਘੱਟ ਹੋਏ ਨੇ, ਲੇਕਿਨ ਅਸੀਂ ਕੋਈ ਜਾਣ ਕੇ ਘੱਟ ਨਹੀਂ ਕੀਤੇ। ਅਸੀਂ ਜੋ WHO ਦੀ ਰਿਕਮੈਂਡੇਸ਼ਨ ਹੈ, ਸਾਡੀ ICMR ਦੀ ਰਿਕਮੈਂਡੇਸ਼ਨ ਹੈ ਕਿ ਹਾਲੇ ਅਸੀਂ ਉਸ ਸਟੇਜ 'ਚ ਨਹੀਂ ਪਹੁੰਚੇ ਕਿ ਸਭ ਦੇ ਟੈਸਟ ਹੋਣ, ਅਸੀਂ ਹਾਲੇ ਤੱਕ ਉਹੀ ਗਾਈਡਲਾਈਨਸ ਫੋਲੋ ਕਰ ਰਹੇ ਹਾਂ ਜਿਹਦੇ ਵਿੱਚ ਕਿ ਸਿਰਫ ਜਿਹੜੇ ਪੇਸ਼ੈਂਟਸ ਨੂੰ ਸਿੰਪਟਮਸ ਹੋਣ,
ਜਿਹੜੇ ਪੇਸ਼ੈਂਟ ਦੇ ਟਰੈਵਲ ਹਿਸਟਰੀ ਹੋਵੇ, ਜਿਹੜੇ ਪੇਸ਼ੈਂਟ ਨੂੰ ਨਮੂਨੀਆ ਦਾ ਐਵੀਡੈਂਸ ਹੋਵੇ, ਜਿਹੜਾ ਪੇਸ਼ੈਂਟ 올ਡ ਏਜ ਕਰਕੇ ਰਿਸਕ ਦੇ ਨਾਲ ਇਹ ਸਾਰੇ ਸਿੰਪਟਮ ਦਿਖਾ ਰਿਹਾ ਹੋਵੇ। ਸਰ 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 ਤੁਹਾਡੀ ਗੱਲ ਨਾਲ ਮੈਂ ਇਤਫਾਕ ਰੱਖਦਾ, ਪਰ ਮੇਰਾ ਸਵਾਲ ਹੋਰ ਸੀਗਾ। ਮੇਰਾ ਸਵਾਲ ਇਹ ਸੀਗਾ, ਅਸੀਂ ਕਰਫਿਊ ਜਾਂ ਲੋਕਡਾਊਨ ਕਰਕੇ ਬਿਹਤਰ ਸਥਿਤੀ ਵਿੱਚ ਆ ਜਾਂ ਹੈਲਥ ਸਿਸਟਮ ਕਰਕੇ ਬਿਹਤਰ ਸਥਿਤੀ ਕਰਕੇ? ਮੈਂ ਤੁਹਾਨੂੰ ਉਹਦਾ ਜਵਾਬ ਦੇ ਰਿਹਾ ਕਿ ਉਹਦੇ ਵਿੱਚ ਤਿੰਨ ਗੱਲਾਂ ਨੇ। ਇੱਕ ਤਾਂ ਹੈ ਕਿ ਸਾਡੀ ਇਮਿਊਨਿਟੀ ਕਈ ਚੀਜ਼ਾਂ ਕਰਕੇ ਸ਼ਾਇਦ ਬੈਟਰ ਹੈ। ਸਾਡੀ BCG ਵੈਕਸੀਨੇਸ਼ਨ ਵੀ ਕਲੇਮ ਕੀਤਾ ਜਾ ਰਿਹਾ ਹੈ ਕਿ ਉਹਦੇ ਨਾਲ ਸਾਡੀ ਇਮਿਊਨਿਟੀ ਇਸ ਵਾਇਰਸ ਨਾਲ ਵੀ ਬੈਟਰ ਹੋ ਗਈ ਹੈ, ਜਿਹੜੀ ਕਿ BCG ਵੈਕਸੀਨ ਅਸੀਂ TB ਵਾਸਤੇ ਲਗਾਉਂਦੇ ਹਾਂ। ਠੀਕ ਹੈ ਸਰ। ਸਾਡੇ ਮੁਲਕ 'ਚ ਉਹ ਹਰੇਕ ਬੱਚੇ ਨੂੰ ਲਗਾਈ ਜਾਂਦੀ ਹੈ, ਜਿਹੜੀ ਕਿ ਅਮੈਰੀਕਾ ਔਰ ਇਟਲੀ ਵਗੈਰਾ 'ਚ ਨਹੀਂ ਲਗਾਈ ਜਾਂਦੀ। ਹੋ ਸਕਦਾ ਹੈ ਕਿ ਇਹ ਫੈਕਟਰ ਹੋਵੇ ਜਿਹੜਾ ਸਾਡੀ ਇਮਿਊਨਿਟੀ ਵਧਾਉਂਦਾ ਹੈ। ਦੂਸਰਾ ਫੈਕਟਰ ਹੈ ਕਿ ਸਾਡੇ ਕੰਟਰੀ 'ਚ ਮਲੇਰੀਆ ਬਹੁਤ ਰਿਹਾ, ਉਸ ਮਲੇਰੀਏ ਕਰਕੇ ਅਸੀਂ ਕਲੋਰੋਕੁਇਨ ਤੇ ਕੁਨੀਨ ਕਾਫੀ ਅੱਗੇ ਖਾਧੀ ਹੋਈ ਹੈ, ਤੇ ਹੁਣ ਲੇਟੈਸਟ ਰਿਸਰਚ ਆ ਰਹੀ ਹੈ ਕਿ ਜਿਹੜੀ ਮਲੇਰੀਆ ਦੇ ਅਗੇਂਸਟ ਐਂਟੀਬੋਡੀਜ਼ ਡਿਵੈਲਪ ਹੋਈਆਂ ਉਹ ਵੀ ਸ਼ਾਇਦ ਇਹਨੂੰ ਕੁਛ ਹੈਲਪ ਕਰਨ। ਤੀਸਰੀ ਗੱਲ ਇਹ ਹੈ ਕਿ ਸਾਡੇ ਇੰਡੀਅਨਸ ਦੀ ਇਨ ਜਨਰਲ ਇਹੋ ਜਿਹੇ ਵਾਇਰਸਿਸ ਨਾਲ ਐਕਸਪੋਜਰ ਜ਼ਿਆਦਾ ਹੁੰਦਾ, ਇਸ ਕਰਕੇ ਰਿਲੇਟਿਵਲੀ ਸਾਡੀ ਇਮਿਊਨਿਟੀ ਸ਼ਾਇਦ ਬੈਟਰ ਹੋਵੇ। ਲੇਕਿਨ ਇਹਨਾਂ ਸਾਰੀਆਂ ਚੀਜ਼ਾਂ ਦਾ, ਕਿਉਂਕਿ ਇਹ ਪਹਿਲਾ ਸਾਲ ਹੈ, ਸਾਡੇ ਕੋਲੋਂ ਕੋਈ ਕੰਕਰੀਟ ਸਾਇੰਟੀਫਿਕ ਐਵੀਡੈਂਸ ਨਹੀਂ ਹੈ ਜਿਹੜਾ ਕਿ ਅਸੀਂ ਪੱਕਾ ਕਹਿ ਸਕੀਏ, ਇਹ ਸਾਰੇ ਹਾਲੇ ਅਨੁਮਾਨ ਸਟੇਜ ਤੇ ਨੇ, ਇਹ ਕੋਈ ਡੈਫੀਨੇਟਿਵ ਪੱਕੇ ਐਵੀਡੈਂਸ ਨਾਲ ਨਹੀਂ ਕਿਹਾ ਜਾ ਸਕਦਾ, ਕਿਉਂਕਿ ਪਹਿਲਾ ਸਾਲ ਹੈ ਤੇ ਹੌਲੇ ਹੌਲੇ ਪਤਾ ਲੱਗੇਗਾ ਕਿ ਅੱਗੇ ਜਾ ਕੇ ਕਿਵੇਂ ਬਿਹੇਵ ਕਰਦਾ ਕਿਵੇਂ ਨਹੀਂ ਕਰਦਾ ਸਾਡਾ ਇਹ ਵਾਇਰਸ। ਪਰ ਡਾਕਟਰ ਸਾਹਿਬ, ਸਵਾਲ ਇਸ ਸਭ ਦੇ ਵਿਚਾਲੇ ਇੱਕ ਇਹ ਵੀ ਹੈਗਾ ਕਿ ਤੁਸੀਂ ਕਿਹਾ ਕਿ ਸਿਮਟਮ, WHO ਦੀ ਗਾਈਡਲਾਈਨ ਇਹ ਕਹਿੰਦੀ ਵੀ ਸਿਮਟਮ ਦਿਖੇ ਤਾਂ ਟੈਸਟ ਕਰੋ। ਕਈ ਕੇਸਿਸ ਇੰਡੀਆ 'ਚ ਅਜਿਹੇ ਵੀ ਆਏ ਜਿਨ੍ਹਾਂ ਸਿਮਟਮ ਕੋਈ ਸੀਗਾ ਹੀ ਨਹੀਂ ਪਰ ਟੈਸਟ ਪੋਜ਼ਿਟਿਵ ਆਇਆ, ਫਿਰ ਉਹਨਾਂ ਨੂੰ ਅਸੀਂ ਕਿਵੇਂ ਸਮਝਾਂਗੇ? ਸਰ ਉਹ ਸਿਰਫ ਟੈਸਟ ਉਹਨਾਂ ਦੇ ਕੀਤੇ ਗਏ ਜਿਹੜੇ ਕਿ ਕਿਸੇ ਪੋਜ਼ਿਟਿਵ ਕੇਸਿਸ ਦੇ ਇਮੀਡੀਏਟ ਕੰਟੈਕਟ ਵਾਲੇ ਸੀਗੇ। ਜਿਵੇਂ ਇੱਕ ਫੈਮਿਲੀ 'ਚ ਇੱਕ ਬੰਦੇ ਨੂੰ ਹੋਇਆ, ਉਹਨੂੰ ਪਤਾ ਚੌਥੇ ਦਿਨ ਲੱਗਾ, ਲੇਕਿਨ 4 ਦਿਨ ਜਿਸ ਫੈਮਿਲੀ 'ਚ ਰਿਹਾ ਉਹਦੇ ਕੰਟੈਕਟ 'ਚ ਰਿਹਾ। ਜਾਂ ਇੱਕ ਪੇਸ਼ੈਂਟ ਜਿਹੜਾ ਡਾਕਟਰ ਦੇ ਐਕਸਪੋਜਰ ਜਾਂ ਹੈਲਥ ਕੇਅਰ ਵਰਕਰ ਦੇ ਐਕਸਪੋਜਰ 'ਚ ਰਿਹਾ, ਤੇ ਉਹਦੇ ਨਾਲ ਉਹਨੂੰ ਪਹਿਲਾਂ ਨਹੀਂ ਸੀਗਾ, ਲੇਕਿਨ 4 ਦਿਨ ਬਾਅਦ ਪਤਾ ਲੱਗਾ ਕਿ ਉਹਨੂੰ ਸੀਗਾ, ਤੇ ਡਾਕਟਰ ਜਿਨ੍ਹਾਂ ਨੇ ਐਗਜ਼ਾਮਿਨ ਕੀਤਾ ਸੀਗਾ ਉਹਨਾਂ ਨੇ ਪ੍ਰੋਟੈਕਸ਼ਨ ਗੀਅਰ ਪੂਰੇ ਨਹੀਂ ਸੀ ਪਾਏ ਹੋਏ। ਉਹਨਾਂ ਕੇਸਿਸ ਦੇ ਵਿੱਚ ਹੋਇਆ ਜਿਹੜਾ ਕਿ ਟੈਸਟ ਹੋਇਆ ਤੇ ਕਈ ਦਫ਼ਾ ਪੋਜ਼ਿਟਿਵ ਪਾਏ ਗਏ। ਇਹ ਸਾਨੂੰ ਪਤਾ ਕਿ ਬੜੇ ਦੁਨੀਆਂ ਨੂੰ ਕੋਰੋਨਾ ਵਾਇਰਸ ਹੋਏਗਾ, ਸਿਮਟਮ ਬੜੇ ਹਲਕੇ ਹੋਣਗੇ, ਸਿਮਟਮ ਨਹੀਂ ਵੀ ਹੋਣਗੇ ਉਹ ਵੀ ਕੋਰੋਨਾ ਹੋਏਗਾ, ਲੇਕਿਨ ਉਹ ਜਿਹੜੀ ਸਟੇਜ ਤੇ ਟੈਸਟਿੰਗ ਹੁੰਦੀ ਹੈ ਜਿਹਨੂੰ ਸਟੇਜ 3 ਕਹਿੰਦੇ ਆ, ਅਸੀਂ ਹਾਲੇ ਉੱਥੇ ਨਹੀਂ ਪਹੁੰਚੇ। ਠੀਕ ਡਾਕਟਰ ਸਾਹਿਬ, ਇੱਕ ਛੋਟਾ ਜਿਹਾ ਬ੍ਰੇਕ ਲੈ ਰਹੇ, ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਤੁਹਾਡੇ ਨਾਲ ਸਵਾਲ ਜਵਾਬ ਦਾ ਸਿਲਸਿਲਾ, ਗੱਲਾਂ ਬਾਤਾਂ ਸਿਲਸਿਲਾ ਅਸੀਂ ਲਗਾਤਾਰ ਜਾਰੀ ਰੱਖਾਂਗੇ, ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਭਾਰਤ ਦੇ ਲਈ ਕੋਰੋਨਾ ਵਾਇਰਸ ਦਾ ਕਿਹੜੇ ਕਨੈਕਸ਼ਨ ਵਾਲਾ ਫੈਕਟਰ ਖਤਰਨਾਕ ਹੈ? ਡਾਕਟਰ ਸਾਹਿਬ ਸਾਡੇ ਨਾਲ ਲਗਾਤਾਰ ਮੌਜੂਦ ਨੇ, ਡਾਕਟਰ GP ਮਲਿਕ। ਡਾਕਟਰ ਸਾਹਿਬ, ਕਈ ਕੇਸ ਅਜਿਹੇ ਵੀ ਸਾਹਮਣੇ ਆਏ ਨੇ ਕਿ ਕੋਈ ਕੇਸ ਅਜਿਹਾ ਵੀ ਆਇਆ ਕਿ ਸਾਰਾ ਕੁਝ ਪੋਜ਼ਿਟਿਵ ਹੋਣ ਤੋਂ ਬਾਅਦ, COVID-19 ਪੋਜ਼ਿਟਿਵ ਵੀ ਆ ਗਿਆ, ਉਸ ਤੋਂ ਬਾਅਦ ਵੀ ਕੋਈ ਸਿਮਟਮ ਜਿਹੜਾ ਹੈਗਾ ਉਹ ਨਜ਼ਰ ਨਹੀਂ ਆਇਆ? ਇਹ ਜਿਹੜੀ ਜਦੋਂ ਅਸੀਂ ਕੰਟੈਕਟ ਸਰਵੇਲੈਂਸ ਕਰਦੇ ਹਾਂ ਜੀ, ਉਹਨਾਂ ਦੇ ਵਿੱਚ ਜਿਵੇਂ ਦੱਸਿਆ ਸੀਗਾ ਫੈਮਿਲੀ ਦੇ ਇਮੀਡੀਏਟ ਕੰਟੈਕਟਸ ਵਾਲਿਆਂ ਵਾਸਤੇ, ਉਹਨਾਂ ਦੇ ਕੇਸਿਸ ਦੇ ਵਿੱਚ ਆਏ ਨੇ ਥੋੜੇ ਪਰਸੈਂਟੇਜ ਜਿਨ੍ਹਾਂ ਨੂੰ ਕਿ ਕੇਸ ਪੋਜ਼ਿਟਿਵ ਆਉਂਦਾ ਹੈ, ਲੇਕਿਨ ਪਰਸੈਂਟੇਜ ਹਾਲੇ ਤੱਕ ਜਿੰਨੇ ਟੈਸਟ ਹੋਏ ਨੇ ਬੜੀ ਥੋੜੀ ਹੈ ਜਿਨ੍ਹਾਂ ਨੂੰ ਸਿਮਟਮ ਨਹੀਂ ਸੀਗੇ ਜੀ। ਸਾਡੇ ਜ਼ਿਆਦਾ ਟੈਸਟ ਹੋਏ ਹੀ ਉਹਨਾਂ 'ਚ ਨੇ ਜਿਨ੍ਹਾਂ ਦੇ ਕਿ ਸਿਮਟਮ ਜ਼ਿਆਦਾ ਸੀਗੇ ਨਾਲ, ਤਾਂ ਕਰਕੇ ਟੈਸਟ ਕੀਤੇ ਗਏ ਨੇ ਜਿਹਨਾਂ ਨੂੰ ਪਹਿਲਾਂ ਹੀ ਦੱਸਿਆ ਮੈਂ ਤੁਹਾਨੂੰ। ਡਾਕਟਰ ਸਾਹਿਬ, ਇੱਕ ਗੱਲ ਤੁਸੀਂ ਕਹੀ ਸੀ ਕਿ ਮਲੇਰੀਆ ਮਲੇਰੀਆ ਦੇ ਖਿਲਾਫ ਅਸੀਂ ਚੰਗੀ ਤਰ੍ਹਾਂ ਲੜਦੇ ਹਾਂ, ਇੱਕ ਤੁਸੀਂ ਵੈਕਸੀਨ ਦੀ ਵੀ ਗੱਲ ਕੀਤੀ ਸੀਗੀ। ਡਾਕਟਰ ਸਾਹਿਬ, 25 ਅਪ੍ਰੈਲ ਨੂੰ ਆਪਾਂ ਵਿਸ਼ਵ ਮਲੇਰੀਆ ਦਿਵਸ ਮਨਾਉਂਦੇ ਹਾਂ, ਤੁਹਾਨੂੰ ਯਾਦ ਹੋਊਗਾ ਜੀ। ਇੱਕ ਤੁਹਾਡਾ ਜਰਨਲ ਹੈ ਬੜਾ ਤਕੜਾ, ਲੈਸੈਂਟ, ਉਹਦੇ ਵਿੱਚ ਜਿਹੜਾ ਹਾਂਜੀ ਉਹਦੇ ਵਿੱਚ ਜਿਹੜਾ ਡਾਟਾ ਦੱਸਿਆ ਗਿਆ ਉਹ ਤੁਹਾਨੂੰ ਮੈਂ ਦੱਸ ਦੇਵਾਂ ਵੀ ਅਸੀਂ ਹਜੇ ਵੀ 4th ਮੁਲਕ ਹੈ ਜਿਹੜਾ ਮਲੇਰੀਆ ਪੀੜਿਤ ਹੈ ਜੀ। ਸਾਡੇ ਹਰ ਸਾਲ 2,05,000 ਵਾਸੀ ਹੈ ਜਿਹੜੇ ਸਾਡੇ ਨਾਗਰਿਕ ਆ ਉਹ ਮਰ ਜਾਂਦੇ ਆ। ਤੁਸੀਂ ਹਜੇ ਸਾਡਾ ਡਾਟਾ ਨਹੀਂ ਹੈ, ਵਰਲਡ ਦਾ ਡਾਟਾ।
सर मैं भारत के डाटा की गल कर रहा सर, मैं ये भारत का डाटा दस्या गया सर। अच्छा मेरे हिसाब नाल मैं उसे संदर्भ में तुहाडे तों सवाल लै रहा, एक रिपोर्ट छपी हुई है, मैं उसे संदर्भ में तुहाडे तों सवाल लै रहा मलेरिया के खिलाफ असी उस तरीके लड़ नहीं पा रहे। मेरा सवाल फिर उही है, असी लॉकडाउन करके ही इतनी बेहतर स्थिति में खड़े हैं जिहड़ी तुसीं कह रहे हो थर्ड स्टेज में असी नहीं पहुंचे। डेफिनेटली डेफिनेटली असी जो असी पहुंचे हाँ, साड़ी अगर अगर असी साड़ी ज्यादा रेट नहीं बढ़िया तो उसका सब तो इंपॉर्टेंट फैक्टर यही है कि असी लॉकडाउन जल्दी कर लिया, ठीक टाइम ते कर लिया। हालांकि साडा लॉकडाउन जिन्ना ज्यादा इफेक्टिव होना चाहिंदा सीगा वो शायद ना होन करके किते ना किते त्रुटि रह गई, जिस करके साडे केस एकदम पिछे वधे ने। अदरवाइज जिथे भी जिस कंट्री ने भी एक कदम ठीक टाइम ते चुकिया उत्थे फायदा होया, जिथे नहीं चुकिया गया चाहे वो अमेरिका होवे चाहे इटली होवे उत्थे उहदा नुकसान ही होया। साडे इंडिया दे विच डेफिनेटली सब तो वड्डा फैक्टर है कि असी बड़े वेले सिर ते ठीक टाइम ते ते ठीक वेले लई ए लॉकआउट कीता। इहदा मतलब डॉक्टर साहब असी ये मान के चलिए कि हेल्थ फैसिलिटीज दे मामले विच असी अजे भी बहुत पिछे हैं, सानू उन ते बहुत काम करना पऊ। लॉकडाउन के लिए सानू सारिया सावधानियां वरतन जरूरत हैगी इस वक्त, क्योंकि साडे देश विच उन्नी समर्था नहीं हैगी कि असी इस बीमारी नाल लड़ सकीए जे साडे अंदर तक आ गई है। तो समर्थता साडी इन्नी नहीं है इहदे विच कोई शक नहीं, लेकिन समर्थता जिथे होवे भी उथे भी लॉकडाउन करके केसेस नू प्रिवेंट करना कितने ज्यादा जरूरी है बजाय के उन्हां नू होन देना ते बाद च उन्हां नू ट्रीट करना, क्योंकि प्रिवेंशन इज मच बेटर देन क्योर। ते जिथे जद भी हो जाएगा तां तां मोर्टैलिटी थोड़ा बहुत परसेंटेज आएगी ही, लेकिन जे होन ही ना दिता जाए तां मोर्टैलिटी दा सवाल ही नहीं पैदा होंदा। इस कारण के जिथे फैसिलिटीज बेटर ने उथे भी लॉकडाउन करके इनू स्प्रेड ना करना बहुत जरूरी अहम हिस्सा है सारी स्ट्रेटजी टू फाइट कोविड वास्ते। गवर्नर डॉक्टर साहब यही गल कह रहे हैं कि कोरोना वायरस ना जे लड़ना है ता लॉकडाउन कर्फ्यू ही हल है। ओ सॉल्यूशन हैगा है, क्योंकि कंट्रीज ने उस चीज़ को अपनाया है, लेटर और सूनर उन्होंने अपनाना पे है। यूएस पहला कहता सी कि असीं नहीं करांगे, हुण उन्होंने करना पै रहा है क्योंकि वो स्प्रेड जिस लेवल ते होया उसनु रोकण दा तरीका एक हैगा। चलो एक चंगी गल है साडे लई, कम्युनिटी स्प्रेड नहीं हैगा, कम्युनिटी स्प्रेड नहीं हैगा। डॉक्टर साहब जिहड़ी तुसीं एक पेशेंट की गल दस रहे सीगे 81 ईयर ओल्ड पेशेंट, क्योंकि इस वेले पूरी दुनिया तुहानू लोग सुन रहे हैं, अहीं चाहुंदे हां कि उस पेशेंट दे ठीक होण दे पिछे असल वजह की नज़र आउंदी है, सिर्फ ट्रीटमेंट बैटर होना या पेशेंट दी अपनी विल पावर। देखो अगर तुसी पॉजिटिव फैक्टर देखो ना तो जेड़े बजुर्गों नु भी होएगा कोई 100% तो नहीं डेथ हो जाएगी ना जी। जद असी कहने हां कि 80 साल दे बंदियां दी मोर्टैलिटी बड़ी हाई है, मींस 22-23% है, मींस ओना विच भी 70-80% लोग ठीक होंगे। डॉक्टर साहब इसको थोड़ा सोखे शब्दों में समझने की कोशिश कर रहे हैं। डॉक्टर साहब 82 साल की औरत जड़ी मोहाली की रहने वाली थी, अपनी जिले का तुसी पॉजिटिव रिएक्शन रखेंगे, ट्रीटमेंट सही टाइम मिलेगा, ओना दी कोमॉर्बिड कंडीशंस ठीक तरह मैनेज कीतियां जानगियां, ये सारिया गल्लां कंट्रीब्यूट कर दियां रिकवर करने। डॉक्टर साहब जे मेरी बात तुहाडे तक पहुंच रही है, ओनू 5 स्टेंट भी पए हुए सीगे, डायबिटिक भी सी, 82 साल उम्र भी सी, कोरोना दी कंफर्म्ड केस सी, साडे आईसीयू च रही, लेकिन वाहगुरु दी मेहर नाल साडे ट्रीटमेंट नाल नाल ओदी अपनी बल शक्ति इन्नी स्ट्रांग सी कि वो पूरी तरह रिकवर होकर डिस्चार्ज हो। डॉक्टर साहब मेरी आवाज हुण तुहाडे तक पहुंच रही होगी, मैं लगता पहला नहीं पहुंच रही होगी। 5 स्टंट पए है, 82 साल दी औरत है, एक तजर्बा साडे नाल तुसीं सांझा कर सकदे हो कि उस बजुर्ग औरत दी विल पावर किहो जी सी ਇਨੀਆਂ ਬਿਮਾਰੀਆਂ ਹੋਣ ਦੇ ਬਾਵਜੂਦ। ਇਨੀ ਬਾਵਜੂਦ ਇਨੀ ਪੋਜ਼ਿਟਿਵ ਸੀ, ਪਾਵਾ ਵੀਲਚੇਅਰ ਤੇ ਆਈ ਸੀ ਵੀਲਚੇਅਰ ਤੇ ਗਈ, ਲੇਕਿਨ ਉਹਨੇ ਸਭ ਨੂੰ ਹਰ ਵੇਲੇ ਹੱਸਦੇ ਮਿਲਣਾ ਤੇ ਕਹਿਣਾ ਵਾਹਿਗੁਰੂ ਮੇਰੇ ਨਾਲ ਹੈ, ਮੈਨੂੰ ਕੁਛ ਨਹੀਂ ਹੋਏਗਾ, ਇਹੀ ਕਹਿੰਦੀ ਸੀ ਉਹ। ਤੁਸੀਂ ਟ੍ਰੀਟਮੈਂਟ ਕੀ ਕੀਤਾ ਸਰ? ਉਹ ਡਾਈਟ, ਉਹਨਾਂ ਦਾ ਡਾਈਟ ਕੀ ਸੀਗੀ, ਉਹਨਾਂ ਦਾ ਡਾਈਟ ਚਾਰਟ ਕੀ ਸੀਗਾ? ਡਾਈਟ ਚਾਰਟ ਜੋ ਅਦਰਵਾਈਜ਼ ਡਾਇਬੀਟੀਜ਼ ਜੋ ਡਾਇਬੀਟਿਕ ਡਾਈਟ ਦਿੱਤੀ ਗਈ, ਹਾਈ ਪ੍ਰੋਟੀਨ ਡਾਈਟ ਦਿੱਤੀ ਗਈ, ਚੰਗੇ ਵਿਟਾਮਿਨਸ ਪੂਰੇ ਦਿੱਤੇ ਗਏ ਉਹਨਾਂ ਨੂੰ ਤੇ ਨਾਲ ਆਕਸੀਜਨ ਦੀ ਸਪੋਰਟ ਦਿੱਤੀ ਗਈ।
ਅਸੀਂ ਜਿਵੇਂ ਹਸਪਤਾਲ ਚ ਬਾਕੀ ਇਹਨੂੰ ਦਿੰਦੇ ਹਾਂ ਉਹਨੂੰ ਅਸੀਂ ਹਾਈਡ੍ਰੋਕਸੀ ਕਲੋਰੋਕਿਨ ਵੀ ਦਿੱਤੀ, ਅਸੀਂ ਐਥਰੋਮਾਈਸਿਨ ਵੀ ਦਿੱਤੀ, ਸਾਰੀ ਦਵਾਈਆਂ ਦੇ ਨਾਲ ਵੈਂਟੀਲੇਟਰੀ ਸਪੋਰਟ, ਗੁੱਡ ਨਰਸਿੰਗ ਕੇਅਰ, ਤਾਂ ਕਿ ਉਹ ਡਾਇਟ ਵੀ ਪ੍ਰੋਪਰ ਲੈ ਸਕੇ, ਪ੍ਰੋਪਰ ਰਿਐਕਟ ਇੰਟਰੈਕਟ ਵੀ ਕਰ ਸਕੇ, ਤੇ ਉਹਨੂੰ ਡਿਪਰੈਸ਼ਨ ਚ ਜਾਣ ਦਾ ਮੌਕਾ ਨਾ ਮਿਲੇ। ਇੱਕ ਸਵਾਲ ਸਰ, ਥੋੜਾ ਜਿਹਾ ਔਖਾ ਤੁਹਾਡੇ ਲਈ ਜੀ, ਜੇ ਉਹੀ ਬਜ਼ੁਰਗ ਔਰਤ ਸਰਕਾਰੀ ਹਸਪਤਾਲ ਦੇ ਵਿੱਚ ਹੁੰਦੀ ਤਾਂ ਕੀ ਉਹ ਬਚ ਸਕਦੀ ਸੀ ਜਾਂ ਨਹੀਂ? ਜ਼ਰੂਰ ਬਚ ਸਕਦੀ ਸੀ। ਇਹ ਕਹਿਣਾ ਕਿ ਸਰਕਾਰੀ ਹਸਪਤਾਲਾਂ 'ਚ ਟ੍ਰੀਟਮੈਂਟ ਚੰਗਾ ਨਹੀਂ ਹੁੰਦਾ, ਇਹ ਐਸੀ ਕੋਈ ਗੱਲ ਨਹੀਂ ਹੈ। ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਤਜੁਰਬੇਕਾਰ ਡਾਕਟਰ ਨੇ, ਤੇ ਉਹ ਵੀ ਪੂਰੀ ਸਪੋਰਟ ਵਾਲਾ ਟ੍ਰੀਟਮੈਂਟ ਦਿੰਦੇ ਨੇ, ਉੱਥੇ ਵੀ ਟ੍ਰੀਟਮੈਂਟ ਪੂਰਾ ਹੀ ਉਹੀ ਮਿਲਦਾ। ਸਾਡੇ ਪੀ ਜੀ ਆਈ ਦੇ ਵਿੱਚ ਜਾਂ ਸਾਡੇ ਮੈਡੀਕਲ ਕਾਲਜ ਹੋਸਪਿਟਲ ਦੇ ਵਿੱਚ, ਜਿੱਥੇ ਪੂਰੀ ਸਾਡੇ ਗੌਰਮੈਂਟ ਦੇ ਹੋਸਪਿਟਲ ਨੇ, ਪੂਰਾ ਇੰਤਜ਼ਾਮ ਹੈ, ਤੇ ਸਾਨੂੰ ਪੱਕਾ ਯਕੀਨ ਹੈ ਕਿ ਉੱਥੇ ਵੀ ਪੂਰਾ ਅੱਛਾ ਇਲਾਜ ਹੁੰਦਾ। ਡਾਕਟਰ ਸਾਹਿਬ, ਉੱਥੇ ਇਕਵਿਪਮੈਂਟ ਤੇ ਫੈਸਿਲਿਟੀ ਉਨੀ ਹੈਗੀਆਂ ਜਿੰਨੀ ਮੈਕਸ ਵਿੱਚ ਹੈਗੀਆਂ ਨੇ? ਇਕਵਿਪਮੈਂਟ ਜਿਹਨੂੰ ਉੱਥੇ ਵੈਂਟੀਲੇਟਰਸ ਜਿੰਨੇ ਨੇ, ਮਰੀਜ਼ ਜ਼ਿਆਦਾ ਹੋਣ ਕਰਕੇ ਸਭ ਨੂੰ ਮਿਲ ਨਾ ਸਕਣ, ਉਹ ਇੱਕ ਮੁਸ਼ਕਲ ਡਿਫੀਕਲਟ ਪ੍ਰੋਬਲਮ ਹੈ, ਲੇਕਿਨ ਜਿਹਨੂੰ ਮਿਲ ਜਾਂਦਾ ਹੈ ਉੱਥੇ ਟ੍ਰੀਟਮੈਂਟ ਫੈਸਿਲਿਟੀ ਸਾਰੀਆਂ ਉਹੀ ਨੇ ਜੋ ਸਾਡੇ ਸਾਰਿਆਂ ਕੋਲ ਨੇ। ਡਾਕਟਰ ਸਾਹਿਬ, ਤੁਸੀਂ ਰਜਿਸਟਰ ਰਹੇ ਹੋ ਪੀ ਜੀ ਆਈ ਦੇ ਵਿੱਚ, ਡਿਪਾਰਟਮੈਂਟ ਆਫ ਮੈਡੀਸਨ ਅਤੇ ਕਾਰਡੀਓ ਦੇ ਜੀ, ਉੱਥੇ ਡਾਕਟਰਾਂ ਨੂੰ ਜਾਂ ਨਰਸਿਸ ਨੂੰ ਜਾਂ ਪੈਰਾਮੈਡੀਕਲ ਸਟਾਫ ਨੂੰ ਇਹ ਕਿਹੋ ਜਿਹੀਆਂ ਦਿੱਕਤਾਂ ਆਈਆਂ ਕਿ ਉਹਨਾਂ ਨੂੰ ਆਈਸੋਲੇਸ਼ਨ ਵਿੱਚ ਰੱਖਣਾ ਪੈ ਰਿਹਾ, ਉਹਨਾਂ ਨੂੰ ਕੁਆਰੰਟਾਈਨ ਕਰਨਾ ਪੈ ਰਿਹਾ, ਉਹਦੀ ਵਜ੍ਹਾ ਦੱਸ ਸਕਦੇ ਹੋ ਸਰ ਤੁਸੀਂ? ਤੁਸੀਂ ਕਹਿ ਰਹੇ ਹੋ ਵੀ ਸਿਹਤ ਸਹੂਲਤਾਂ ਬਰਾਬਰ ਨੇ ਜੀ, ਇਸ ਕਰਕੇ ਕਿ ਇਹ ਕਈ ਹਸਪਤਾਲਾਂ 'ਚ ਹੋਇਆ, ਬੰਬੇ ਦੇ ਹੋਸਪਿਟਲ 'ਚ ਵੀ ਹੋਇਆ, ਕਈ ਜਗ੍ਹਾ ਹੋਇਆ, ਜਦੋਂ ਪੇਸ਼ੈਂਟ ਸ਼ੁਰੂ ਵਿੱਚ ਆਉਂਦਾ ਉਹਦੇ ਕੋਲੋਂ ਹਿਸਟਰੀ ਲਈ ਜਾਂਦੀ ਹੈ ਕਿ ਤੁਹਾਡੀ ਕੋਈ ਟਰੈਵਲ ਦੀ ਹਿਸਟਰੀ ਹੈ, ਤੁਹਾਡੇ ਕੋਲ ਕੋਈ ਇਹ ਫੀਵਰ ਦੀ ਜਾਂ ਇਸ ਚੀਜ਼ ਦੀ ਹਿਸਟਰੀ ਹੈ। ਜਦੋਂ ਉਹ ਪੇਸ਼ੈਂਟ ਡਿਨਾਈ ਕਰਦਾ ਹਿਸਟਰੀ, ਤਾਂ ਉਹਨੂੰ ਨੋਰਮਲ ਪੇਸ਼ੈਂਟ ਵਾਕਨ ਟ੍ਰੀਟ ਕੀਤਾ ਜਾਂਦਾ, ਕੋਵਿਡ ਸਸਪੈਕਟ ਨਹੀਂ ਕੀਤਾ ਜਾਂਦਾ। ਲੇਕਿਨ ਜਦੋਂ ਤੀਜੇ ਦਿਨ ਸਿਮਟਮ ਵੱਧ ਜਾਂਦੇ ਨੇ ਤੇ ਕੋਵਿਡ ਦੇ ਪੇਸ਼ੈਂਟ ਦੀ ਸਸਪੀਸ਼ਨ ਲੱਗਦਾ ਤਾਂ ਟੈਸਟ ਹੁੰਦਾ, ਪੋਜ਼ਿਟਿਵ ਹੁੰਦਾ। ਉਸ ਤੋਂ ਪਹਿਲਾਂ ਜਿਹੜਾ 3 ਦਿਨ ਹੈਲਥ ਸਟਾਫ ਜਿਹੜਾ ਐਕਸਪੋਜ਼ ਹੋ ਗਿਆ ਵਿਦਆਊਟ ਦੀ PPE ਪਰਸਨਲ ਪ੍ਰੋਟੈਕਸ਼ਨ ਇਕੁਇਪਮੈਂਟ ਪੂਰਾ ਪਾਉਣ ਤੋਂ, ਉਸ ਕਰਕੇ ਉਹਨਾਂ ਨੂੰ ਐਕਸਪੋਜ਼ਰ ਹੋ ਜਾਂਦਾ, ਇਸ ਕਰਕੇ ਉਹਨਾਂ ਨੂੰ ਕੁਆਰੰਟਾਈਨ ਕਰਨਾ ਪੈਂਦਾ ਜਾਂ ਆਈਸੋਲੇਸ਼ਨ ਕਰਨਾ ਪੈਂਦਾ, ਉਹਨਾਂ ਦੇ ਟੈਸਟ ਕਰਾਉਣੇ ਪੈਂਦੇ ਨੇ। ਸਰ, ਇਹ PGI ਪ੍ਰਸ਼ਾਸਨ ਦੀ ਲਾਪਰਵਾਹੀ ਮੰਨੀ ਜਾਵੇ ਹੋ ਸਕਦਾ ਜੀ? PGI ਪ੍ਰਸ਼ਾਸਨ ਦੀ ਲਾਪਰਵਾਹੀ ਮੰਨੀ ਜਾਵੇ ਸਰ? ਨਹੀਂ ਜੀ, ਇਹ ਕਿਸੇ ਜਬ ਪੇਸ਼ੈਂਟ ਠੀਕ ਤਰ੍ਹਾਂ ਨਹੀਂ ਦੱਸੇਗਾ ਤਾਂ ਇਹ ਕੋਈ ਵੀ ਡਾਕਟਰ ਕੋਲ ਕੋਈ ਤਰੀਕਾ ਨਹੀਂ ਹੈ ਲੱਭਣ ਦਾ। ਜਿਵੇਂ ਬਾਅਦ ਚ ਉਹਨਾਂ ਨੇ ਦੱਸਿਆ ਕਿ ਹਾਂਜੀ ਆਏ ਤਾਂ ਸੀ ਬਾਹਰੋਂ 3 ਦਿਨ ਬਾਅਦ, 3 ਦਿਨ ਪਹਿਲਾਂ, ਲੇਕਿਨ ਦੱਸਿਆ ਨਹੀਂ। ਚਲੋ, ਜਿਹੜੇ ਵੀ ਸਾਡਾ ਇਹ ਪ੍ਰੋਗਰਾਮ ਦੇਖਦੇ ਪਏ, ਡਾਕਟਰ ਸਾਹਿਬ ਤੁਹਾਡੀ ਐਡਵਾਈਸ ਅਸੀਂ ਦਰਸ਼ਕਾਂ ਤੱਕ ਪਹੁੰਚਾ ਦਈਏ ਇੱਕ ਵਾਰ ਫਿਰ, ਜਿਹੜੇ ਵੀ ਪ੍ਰੋਗਰਾਮ ਦੇਖ ਰਹੇ ਆ, ਡਾਕਟਰ ਸਾਹਿਬ ਦੇ ਕੋਲ ਪੂਰੀ ਹਿਸਟਰੀ ਦੱਸੋ, ਟਰੈਵਲ ਹਿਸਟਰੀ ਦੱਸੋ, ਤੁਸੀਂ ਕਿੱਥੇ ਕਿੱਥੇ ਜਾ ਕੇ ਆਏ, ਤੁਹਾਨੂੰ ਦਿੱਕਤਾਂ ਕੀ ਹੈਗੀਆਂ। ਜੇ ਤੁਸੀਂ ਸੱਚਾਈ ਲੁਕੋਗੇ ਤਾਂ ਜਿਹੜੇ ਡਾਕਟਰ ਤੁਹਾਡਾ ਇਲਾਜ ਕਰ ਰਹੇ ਨੇ, ਤੁਹਾਡਾ ਇਲਾਜ ਕਰਨਾ ਚਾਹੁੰਦੇ ਨੇ, ਉਹ ਵੀ ਖਤਰੇ ਵਿੱਚ ਪੈ ਜਾਣਗੇ। ਇਸ ਲਈ ਆਪਣਾ ਵੀ ਬਚਾਅ ਰੱਖੋ ਅਤੇ ਉਹਨਾਂ ਸਾਰਿਆਂ ਦਾ ਵੀ ਬਚਾਅ ਰੱਖੋ ਜਿਹਨਾਂ ਕਰਕੇ ਅਸੀਂ ਬਚੇ ਹੋਏ ਹਾਂ। ਬ੍ਰੇਕ ਤੋਂ ਵਾਪਸ ਆ ਰਹੇ ਹਾਂ, ਕੁਝ ਹੋਰ ਸਵਾਲ ਹੋਣਗੇ। ਚਲੋ, ਸਵਾਲ ਪੁੱਛ ਰਹੇ ਹਾਂ, ਸਵਾਲ ਇਹੀ ਹੈਗਾ ਹੈ ਕਿ ਭਾਰਤ ਲਈ ਕੋਰੋਨਾ ਵਾਇਰਸ ਦਾ ਕਿਹੜੇ ਕਨੈਕਸ਼ਨ ਵਾਲਾ ਫੈਕਟਰ ਖਤਰਨਾਕ ਹੈ? ਕਾਲਰ ਵੀ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਹੈਲੋ, ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਰ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਬਲਕਾਰ ਸਿੰਘ ਬੋਲ ਰਿਹਾ ਜੀ, ਨਿਊਯਾਰਕ ਸਿਟੀ ਤੋਂ ਜੀ। ਬਲਕਾਰ ਜੀ, ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ, ਅਸੀਂ ਦੋਵੇਂ ਹੈਗੇ, ਕੀ ਪੁੱਛਣਾ ਚਾਹੁੰਦੇ ਹੋ ਅੱਜ ਦੇ ਇਸ ਪ੍ਰੋਗਰਾਮ ਤੇ? ਹਾਂ ਜੀ, ਮੈਂ ਡਾਕਟਰ ਸਾਹਿਬ ਕੋਲ ਵੀ ਪੁੱਛਣਾ ਚਾਹੁੰਦਾ ਵਾ, ਮਤਲਬ ਕਿ ਮੈਂ ਡਾਕਟਰ ਸਾਹਿਬ ਦੀ ਗੱਲ ਸੁਣ ਰਿਹਾ ਸੀ, ਇਹ ਬੋਲ ਰਹੇ ਨੇ ਕਿ ਮਤਲਬ ਕਿ ਇੱਥੇ ਹੋਸਪਿਟਲ ਦੇ ਵਿੱਚ ਬਨੀਵਨ ਈਵਨ ਕਿ ਸਿਵਲ ਹੋਸਪਿਟਲ ਵੀ ਬੜੀ ਟੇਕ ਕੇਅਰ ਕੀਤੀ ਜਾਂਦੀ ਹੈ, ਤੇ ਮੈਂ ਇਹਨਾਂ ਕੋਲ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਵਾਂ ਵੀ ਜਿਹੜੀ ਕਿ ਪੂਰੀ ਦੁਨੀਆਂ ਨੇ ਵੀਡੀਓ ਸੁਣੀ ਹੈ ਭਾਈ ਨਿਰਮਲ ਸਿੰਘ ਜੀ ਦੀ, ਹੈਂ, ਤੇ ਉਹਦੇ ਚ ਉਹਨਾਂ ਨੇ ਬੋਲਿਆ ਗਿਆ, ਉਹਨਾਂ ਨੇ ਬੋਲਿਆ, ਮੈਂ ਸੁਣਿਆ ਉਸ ਵੀਡੀਓ ਨੂੰ ਕਈ ਵਾਰੀ, ਵੀ ਉਹਨਾਂ ਕਿਹਾ ਵੀ ਮੈਨੂੰ 4 ਘੰਟੇ ਤੱਕ ਕਿਸੇ ਨੇ ਦੇਖਿਆ ਨੀ ਡਾਕਟਰ ਨੇ, ਤੇ ਇਹ ਤੇ ਇਸ ਡਾਕਟਰ ਸਾਹਿਬ ਨੂੰ ਇਸਦਾ ਜਵਾਬ ਦੇਣ ਵੀ ਹੈ ਕਿ ਸਿਧਾਂਤ ਬੋਲ ਰਹੇ ਨੇ ਜੇ ਕਿ ਠੀਕ ਹੈ। ਬੜੇ ਦੇਖ ਤੁਹਾਡਾ ਸਵਾਲ ਸਮਝ ਆ ਗਿਆ ਕਿ ਸਰਕਾਰੀ ਹਸਪਤਾਲ ਦੀ ਪੋਜੀਸ਼ਨ ਨੂੰ ਲੈ ਕੇ ਜਿਹੜਾ ਭਾਈ ਨਿਰਮਲ ਸਿੰਘ ਖਾਲਸਾ ਦਾ ਜਿਹੜਾ ਇੱਕ ਆਡੀਓ ਵਾਇਰਲ ਹੋਇਆ, ਆਡੀਓ ਕਲਿੱਪ ਵਾਇਰਲ ਹੋਇਆ, ਉਸ ਨੂੰ ਲੈ ਕੇ ਸਵਾਲ ਹੈਗਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਫਿਰ ਕਿਸ ਤਰ੍ਹਾਂ ਦੇ ਇੰਤਜ਼ਾਮਾਂ 'ਤੇ ਯਕੀਨ ਕਿਵੇਂ ਕਰੀਏ? ਡਾਕਟਰ ਸਾਹਿਬ, ਤੁਹਾਡੇ ਤੱਕ ਸਵਾਲ ਪਹੁੰਚ ਗਿਆ ਹੋਊਗਾ? ਪਹੁੰਚ ਗਿਆ ਜੀ, ਜਵਾਬ ਦੇ ਦਿਓ ਕਿਰਪਾ ਕਰਕੇ। ਹੁਣ ਇਹਦਾ ਜੀ ਜਵਾਬ, ਕਿਹੜੇ ਹਸਪਤਾਲ ਸੀ, ਉੱਥੇ ਕੀ ਕੰਡੀਸ਼ਨ ਹੈ, ਕਿਉਂ ਐਸਾ ਹੋਇਆ,
ਜਦ ਤੱਕ ਇਹ ਪੂਰੇ ਫੈਕਟਸ ਨਾ ਪਤਾ ਹੋਣ ਜਵਾਬ ਦੇਣਾ ਬੜਾ ਮੁਸ਼ਕਲ ਹੈ। ਸਰ ਹਸਪਤਾਲ ਤੁਹਾਨੂੰ ਮੈਂ ਦੱਸਣਾ ਗੁਰੂ ਨਾਨਕ ਦੇਵ ਹਸਪਤਾਲ ਹੈ ਜੀ ਅੰਮ੍ਰਿਤਸਰ ਦਾ, ਤੇ ਉਸ ਵਾਇਰਲ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਫੋਰਟਿਸ ਲੈ ਜਾਓ, 4 ਘੰਟੇ ਹੋ ਗਏ ਮੇਰਾ ਇਲਾਜ ਨਹੀਂ ਹੋਇਆ। ਜੇ ਤੁਸੀਂ ਉਹਨਾਂ ਦਾ ਆਡੀਓ ਨਹੀਂ ਸੁਣਿਆ ਤਾਂ ਮੈਂ ਉਹਨਾਂ ਦੇ ਫੈਕਟਸ ਤੁਹਾਡੇ ਅੱਗੇ ਰੱਖ ਰਿਹਾ ਜੀ। ਦੇਖੋ ਹੋ ਸਕਦਾ ਉਸ ਵੇਲੇ ਉਹਨਾਂ ਕੋਲੋਂ ਵੈਂਟੀਲੇਟਰ ਜਾਂ ਉਸ ਚੀਜ਼ ਦਾ ਇੰਤਜ਼ਾਮ ਨਾ ਹੋਵੇ, ਲੇਕਿਨ ਮੈਂ ਕਿਉਂਕਿ ਉਹ ਪੂਰਾ ਕੇਸ ਦੀ ਡਿਟੇਲ ਬਾਰੇ ਨਹੀਂ ਜਾਣਦਾ, ਕਿਉਂ ਗੁਰੂ ਨਾਨਕ ਦੇਵ ਹਸਪਤਾਲ ਬੜਾ ਅੱਛਾ ਹਸਪਤਾਲ ਮੰਨਿਆ ਜਾਂਦਾ, ਮੈਡੀਕਲ ਕਾਲਜ ਨਾਲ ਅਟੈਚਡ ਹੈ ਉਹ ਹਸਪਤਾਲ, ਤੇ ਉੱਥੇ ਇਹੋ ਜਿਹਾ ਇੰਸੀਡੈਂਟ ਹੋਣਾ ਨਹੀਂ ਚਾਹੀਦਾ। ਪਰ ਜੇ ਹੋਇਆ ਤਾਂ ਕੀ ਮਜਬੂਰੀ ਸੀ ਜਾਂ ਕੀ ਹਾਲਾਤ ਸੀ, ਮੇਰੇ ਵਾਸਤੇ ਇਹਦਾ ਜਵਾਬ ਦੇਣਾ ਬੜਾ ਮੁਸ਼ਕਲ ਹੈ। ਸਰ ਇੱਕ ਸਵਾਲ ਦਾ ਜਵਾਬ ਦਿਓ ਸਰ, ਸਾਡੇ ਮੁਲਕ ਦੇ ਵਿੱਚ ਜਿਹੜਾ ਸਾਡਾ ਹੈਲਥ ਸਿਸਟਮ ਹੈ ਉਹਦੇ ਵਿੱਚ ਪ੍ਰਾਈਵੇਟ ਹਸਪੀਟਲ ਦੇ ਕੋਲੇ ਵੈਂਟੀਲੇਟਰ ਸਰਕਾਰੀ ਹਸਪਤਾਲਾਂ ਨਾਲੋਂ ਜ਼ਿਆਦਾ, ਜਾਂ ਪੀਪੀ ਹੈ ਜਿਹੜੇ ਉਹ ਸਰਕਾਰੀ ਹਸਪਤਾਲਾਂ ਨਾਲੋਂ ਸਾਡੇ ਕੋਲੇ ਜ਼ਿਆਦਾ ਪ੍ਰਾਈਵੇਟ ਹਸਪੀਟਲ ਕੋਲੇ? ਇਸ ਦਾ ਜਵਾਬ ਦੇ ਸਕਦੇ ਹੋ ਸਰ, ਇਹਦਾ ਤੁਹਾਨੂੰ ਪਤਾ ਹੋਊਗਾ? ਜੀ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪਰ ਹਸਪੀਟਲ ਬੈੱਡ ਸਟਰੈਂਥ ਦੇ ਹਿਸਾਬ ਨਾਲ ਪ੍ਰਾਈਵੇਟ ਲੋਕਾਂ ਕੋਲੋਂ ਪੀਪੀਈ ਤੇ ਵੈਂਟੀਲੇਟਰਸ ਜ਼ਿਆਦਾ ਨੇ ਕੰਪੇਅਰ ਟੂ ਗਵਰਨਮੈਂਟ ਹਸਪੀਟਲ ਟੋਟਲ ਬੈੱਡ ਸਟਰੈਂਥ। ਇਸ ਕਰਕੇ ਨੇ ਕਿਉਂਕਿ ਵੈਂਟੀਲੇਟਰਸ ਤੇ ਇਹ ਉਹ ਸਭ ਚੀਜ਼ਾਂ ਦੀ ਕੋਸਟ ਜ਼ਿਆਦਾ ਹੁੰਦੀ ਹੈ, ਤੇ ਗਵਰਨਮੈਂਟ ਪ੍ਰੋਬੇਬਲੀ ਬਜਟ ਇੰਨਾ ਘੱਟ ਰੱਖਿਆ ਹੋਇਆ ਹੈਲਥ ਵਾਸਤੇ ਕਿ ਉਹ ਇਹ ਸਾਰੀ ਚੀਜ਼ਾਂ ਮੁਹੱਈਆ ਨਹੀਂ ਕਰਾ ਪਾਉਂਦੇ। ਡਾਕਟਰ ਸਾਹਿਬ ਇੱਕ ਸਵਾਲ ਹੋਰ ਹੈਗਾ, ਇੰਨੇ ਦਿਨੀ ਕਈ ਸਾਰੇ ਵੀਡੀਓ ਕਲਿੱਪ ਇੱਦਾਂ ਦੇ ਵੀ ਵਾਇਰਲ ਹੋ ਰਹੇ ਹੈ ਜਿਹੜੇ ਕਈ ਖਬਰਾਂ ਦੇ ਪਲੇਟਫਾਰਮ 'ਤੇ ਵੀ ਆ ਰਹੇ ਹੈ ਕਿ 50,000 ਦੀ ਕੀਮਤ ਵਿੱਚ ਵੀ ਵੈਂਟੀਲੇਟਰ ਲੋਕ ਤਿਆਰ ਕਰ ਰਹੇ ਹੈ। ਕੁਛ ਪਲੇਟਫਾਰਮਸ 'ਤੇ ਇੱਦਾਂ ਦੀ ਸਟੋਰੀਜ਼ ਵੀ ਆਈ ਹੈ ਕਿ ਏਮਸ ਦੇ ਪੇਸ਼ੈਂਟ ਨੂੰ ਜਿਹੜਾ ਹੈਗਾ ਘਰੇ ਸ਼ਿਫਟ ਕਰਨਾ ਸੀ ਤਾਂ ਉਹ 50,000 ਦੀ ਕੋਸਟ ਵਾਲੇ ਵੈਂਟੀਲੇਟਰ ਦੇ ਨਾਲ ਉਹਨਾਂ ਨੂੰ ਘਰੇ ਸ਼ਿਫਟ ਕੀਤਾ ਗਿਆ, ਉਹਨੂੰ ਕੌਣ ਅਪਰੂਵਲ ਦਿੰਦਾ ਨਹੀਂ ਹੈ ਅੱਗੇ ਬਣਾਉਣ ਦੇ ਲਈ, ਜਾਂ ਸਰਕਾਰ ਬਣਾਉਣਾ ਨਹੀਂ ਚਾਹੁੰਦੀ ਉਸ ਕੀਮਤ 'ਤੇ ਵੈਂਟੀਲੇਟਰ? ਦੇਖੋ ਜਿਵੇਂ ਕਹਿੰਦੇ ਆ ਵੀ ਨੈਸੈਸਿਟੀਜ਼ ਦੀ ਮਦਰ ਆਫ ਇਨਵੈਂਸ਼ਨ, ਕਿ ਜਦੋਂ ਲੋੜ ਪੈਂਦੀ ਹੈ ਉਦੋਂ ਇਹ ਸਾਰੀ ਚੀਜ਼ਾਂ ਡਿਵੈਲਪ ਹੋਣੀਆਂ ਸ਼ੁਰੂ ਹੁੰਦੀਆਂ ਜੀ। ਇਸ ਤੋਂ ਪਹਿਲਾਂ ਵੈਂਟੀਲੇਟਰਸ ਕਈ ਜਗ੍ਹਾ ਹੁੰਦੇ ਸੀਗੇ ਜਿਹੜੇ ਕਿ ਯੂਜ਼ ਹੀ ਨਹੀਂ ਸੀ ਹੁੰਦੇ, ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਪਏ ਹੁੰਦੇ ਸੀਗੇ ਲੇਕਿਨ ਇੰਨੀ ਡਿਮਾਂਡ ਨਹੀਂ ਸੀ ਹੁੰਦੀ। ਇਹ ਇਸ ਵੇਲੇ ਡਿਮਾਂਡ ਹੋਈ ਹੈ ਤਾਂ ਸਾਰੀ ਦੁਨੀਆ ਦੇ ਵਿੱਚ ਚੀਪ ਕੋਸਟਿੰਗ ਵੈਂਟੀਲੇਟਰਸ ਬਣੇ ਨੇ, ਹਰ ਕੰਟਰੀ 'ਚ ਬਣਾਏ ਗਏ ਨੇ, ਹਰ ਕੰਟਰੀ ਦੇ ਕਈ ਫੈਕਟਰੀਜ਼ ਲੱਗੀਆਂ। ਲੇਕਿਨ ਇੱਕ ਵੈਂਟੀਲੇਟਰ ਅਪਰੂਵ ਕਰਨ ਵਾਸਤੇ ICMR ਦੀ ਅਪਰੂਵਲ ਚਾਹੀਦੀ ਹੈ, ਉਹਦਾ ਇੱਕ ਪ੍ਰੋਸੈਸ ਹੁੰਦਾ ਤਾਂ ਕਿ ਪੇਸ਼ੈਂਟ ਦੀ ਸੇਫਟੀ ਕੰਪਰੋਮਾਈਜ਼ ਨਾ ਹੋਵੇ। ਉਹ ਸੇਫਟੀ ਫੈਕਟਰ ਲਈ ਜਿਹੜੀ ਚੀਜ਼ਾਂ ਸਾਰੀਆਂ ਚਾਹੀਦੀਆਂ, ਹੁਣ ਤਾਂ ਬੜੀ ਜਲਦੀ ਜਲਦੀ ਅਪਰੂਵਲ ਕਰ ਦਿੱਤੀ ਗਈ ਹੈ। ਨੋਰਮਲੀ ਇਹਨਾਂ ਅਪਰੂਵਲ 'ਚ ਬੜਾ ਵਕਤ ਲੱਗਦਾ। ਸਰ ਇੱਕ ਜਨਰਲੀ ਅਸੀਂ ਇੰਪੋਰਟ ਕਰਦੇ ਸਾਂ ਇਹ ਵੈਂਟੀਲੇਟਰਸ, ਕਿਉਂਕਿ ਸਾਡੇ ਕੋਲੋਂ ਇੱਥੇ ਕਿਸੇ ਨੇ ਉਹ ਬਣਾਉਣ ਦੀ ਕੋਸ਼ਿਸ਼ ਲੰਬੀ ਚੌੜੀ ਨਹੀਂ ਸੀ ਕੀਤੀ। ਠੀਕ ਹੈ ਸਰ, ਇੱਕ ਹੱਲ ਕੀਤਾ ਜਾ ਸਕਦਾ ਜੇ ਪ੍ਰਾਈਵੇਟ ਹਸਪੀਟਲ ਵਾਲੇ ਜਿਨ੍ਹਾਂ ਕੋਲ ਵੈਂਟੀਲੇਟਰ ਦੀ ਸੁਵਿਧਾ ਹੈਗੀ ਆ, ਸਹੂਲਤ ਹੈਗੀ ਆ, ਕਿ ਉਹ ਆਪ ਆਫਰ ਕਰ ਸਕਦੇ ਆ ਗੌਰਮੈਂਟ ਨੂੰ ਵੀ ਅਸੀਂ ਆਪਦੇ ਵੈਂਟੀਲੇਟਰ ਦੇਣ ਨੂੰ ਤਿਆਰ ਹੈਗੇ ਹਾਂ, ਇਹਦੇ ਨਾਲ ਕੋਈ ਸਮੱਸਿਆ ਦਾ ਹੱਲ ਨਿਕਲ ਸਕਦਾ ਕੁਛ ਹੱਦ ਤੱਕ? ਹਰ ਪ੍ਰਾਈਵੇਟ ਹਸਪਤਾਲ ਨੇ ਇਹ ਪੂਰੀ ਤਰ੍ਹਾਂ ਆਫਰ ਕੀਤਾ ਹੋਇਆ। ਸਾਡੇ ਮੈਕਸ ਹਸਪੀਟਲ ਨੇ ਵੀ ਕਿਹਾ ਹੋਇਆ ਕਿ ਸਾਡੇ ਕੋਲੋਂ ਜਿਹੜਾ ਪੇਸ਼ੈਂਟ ਤੁਹਾਡਾ ਕੋਈ ਸੀਰੀਅਸ ਹੋਵੇ, ਜਿਹਨੂੰ ਵੈਂਟੀਲੇਟਰ ਦੀ ਲੋੜ ਹੋਵੇ, ਸਾਡਾ ਅਸੀਂ ਇੱਕ ਵਾਰਡ ਖਾਲੀ ਰੱਖਿਆ ਹੋਇਆ ਸਿਰਫ ਇਸ ਕਰਕੇ ਕਿ ਜੇ ਕੋਈ ਗਵਰਨਮੈਂਟ ਵੱਲੋਂ ਰੈਫਰ ਹੋ ਕੇ ਆਏਗਾ ਉਹਨੂੰ ਵੈਂਟੀਲੇਟਰ ਐਂਡ ਫਲਸ ਬੈੱਡ ਦਿੱਤਾ ਜਾਏਗਾ। ਪੈਸੇ ਦੇ ਬਾਰੇ ਨਹੀਂ ਪੁੱਛਿਆ ਜਾਏਗਾ ਉਹਨੂੰ, ਉਹਨੂੰ ਸਿੱਧਾ ਉਹਦਾ ਇਲਾਜ ਤੇ ਪੂਰਾ ਵੈਂਟੀਲੇਟਰ। ਸਰ ਉਹਦੇ ਵਿੱਚ ਇੱਕ ਸ਼ਰਤ ਵੀ ਰੱਖੀ ਗਈ ਹੈ ਪ੍ਰਾਈਵੇਟ ਹਸਪੀਟਲ ਵੱਲੋਂ ਸਰ, ਉਹਦੇ ਵਿੱਚ ਇੱਕ ਪ੍ਰਾਈਵੇਟ ਹਸਪੀਟਲ ਨੂੰ ਇੱਕ ਸ਼ਰਤ ਵੀ ਰੱਖੀ ਗਈ ਹੈ ਕਿ ਜਿਹੜਾ ਇਲਾਜ ਦੇ ਲਈ ਮੈਡੀਸਨ ਆਊਗੀ ਜਾਂ ਹੋਰ ਖਰਚਾ ਹੋਊਗਾ, ਬੈੱਡ ਨੂੰ ਛੱਡ ਕੇ, ਉਸ ਕਮਰੇ ਦਾ ਕਿਰਾਇਆ ਛੱਡ ਕੇ, ਬਾਕੀ ਉਹ ਜਿਹੜਾ ਪੇਸ਼ੈਂਟ ਆ ਉਹ ਆਪਦੇ ਕੋਲ ਭਰੇਗਾ? ਨਹੀਂ, ਪੇਸ਼ੈਂਟ ਜੇ ਭਰ ਸਕੇਗਾ ਉਹ ਭਰੇਗਾ, ਜੇ ਆਯੁਸ਼ਮਾਨ ਸਕੀਮ ਵਿੱਚ ਹੋਏਗਾ ਤਾਂ ਹਸਪਤਾਲ ਹੀ ਭਰੇਗਾ, ਉਹਦਾ ਟ੍ਰੀਟਮੈਂਟ ਉਹਦੇ ਵਿੱਚ ਹੀ ਦੇਗਾ। ਜਿਹੜਾ ਕੋਈ ਹੋਰ ਵੀ ਅਗਰ ਸਿਵਲ ਸਰਜਨ ਕਹੇਗਾ ਕਿ ਇਹ ਪੇਸ਼ੈਂਟ ਅਫੋਰਡ ਨਹੀਂ ਕਰ ਸਕਦਾ, ਤਾਂ ਉਹਨੂੰ ਬਗੈਰ ਖਰਚੇ ਦੇ ਵੀ ਉਹ ਟ੍ਰੀਟਮੈਂਟ ਕੀਤਾ ਜਾਏਗਾ। ਸਰ ਸਾਰੇ ਹਸਪੀਟਲ ਕਰ ਰਹੇ ਆ ਪ੍ਰਾਈਵੇਟ ਇਦਾਂ ਦਾ? ਮੈਂ ਸਾਰਿਆਂ ਬਾਰੇ ਗਾਰੰਟੀ ਨਹੀਂ ਕਹਿ ਸਕਦਾ, ਲੇਕਿਨ ਗਵਰਨਮੈਂਟ ਦੀ ਡਾਇਰੈਕਟਿਵ ਨੇ ਕਿ ਸਾਰਿਆਂ ਨੂੰ ਇਹ ਕਰਨਾ ਚਾਹੀਦਾ ਤੇ ਕਰਨਗੇ। ਤੇ IMA ਜਾਂ ਇਸ ਤਰ੍ਹਾਂ ਦੇ ਸਰ ਜਿਹੜੇ ਹੋਰ ਅਦਾਰੇ ਆ ਜਿਹੜੇ ਸਾਰਿਆਂ ਨੂੰ ਕੰਟਰੋਲ ਕਰਦੇ ਆ, ਕਿ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਗਾਈਡਲਾਈਨ ਹੈਗੀ ਹੈ? ਕਿਉਂਕਿ ਸਵਾਲ ਇਹ ਵੀ ਉੱਠਦਾ ਹੈ ਕਿ ਪ੍ਰਾਈਵੇਟ ਡਾਕਟਰਸ ਨੇ ਆਪਣੇ ਜਿਹੜੇ ਪਰਸਨਲ ਕਲੀਨਿਕ ਸੀਗੇ ਉਹ ਵੀ ਸ਼ਟਡਾਊਨ ਕਰ ਦਿੱਤੇ ਆ, ਉਹ ਵੀ ਜਿਹੜਾ ਹੈਗਾ ਆਪਣੇ ਆਪ ਨੂੰ ਘਰਾਂ ਤੱਕ ਹੀ ਸੀਮਿਤ ਕਰਕੇ ਬਹਿ ਗਏ। ਸਰ ਖੁਦ ਵੀ IMA ਦੇ ਮੈਂਬਰ ਹੈ ਮੈਨੂੰ ਲੱਗਦਾ? ਜੀ ਹਾਂ,
ऐसा है कि जेड़ा पर्सनल क्लिनिक्स जेड़े ने उना कोलों ये पर्सनल प्रोटेक्टिव इक्विपमेंट दे बाकी सारे इंतजामात नहीं होंदे क्योंकि वो आईसीयू नहीं चलांदे उना कोलों प्रोटेक्शन मैकेनिज्म नहीं है। डॉक्टर साहब मैं माफी चाहवांगा विचे रोक रहे हैं, मैं विचे रोक रहे हैं पर माफी चाहवांगा, जेड़े प्राइवेट क्लिनिक चलांदे आ एटलीस्ट डॉक्टर तो हैगे है ना जी हाँ। इस वेले जदों डॉक्टर कई कई दिन लगातार काम कर रहे हैं सरकारी होस्पिटल होवे प्राइवेट होस्पिटल होवे की आईएमए प्राइवेट क्लिनिक चलाने वाले डॉक्टरों को ये डायरेक्टिव दे सकती है कि तुसी जाके हॉस्पिटल्स के विच अपनी सर्विसेज दो? दे सकती है लेकिन उन्हें ये भी देखना पड़ेगा कि डॉक्टर को अपनी प्रोटेक्शन ले इंतजामात हैं कि नहीं। जे उदे पास अपनी प्रोटेक्शन ले पीपीई नहीं है या उदे कोलो एमरजेंसी सर्विस जड़ी के प्रोवाइड करन दी लोड है उनु नहीं दे नहीं सर 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 पूरा सवाल है सर पूरा सवाल है कि जेडे डॉक्टर्स आपदी क्वालिफिकेशन उस तरीके निर्धारित करते हैं समर्थ है कि है उन्हों आईएमए इस तरीके दे दिशा निर्देश दवे जिथे पीपीई जिथे मेडिकल किट सारा कुछ है उत्थे जाके वो ड्यूटी निभा देन। ਜੀ ਜੇ ਦੋ ਤਰ੍ਹਾਂ ਦੇ ਕਲੀਨਿਕਸ ਦੀ ਗੱਲ ਕਰ ਰਹੇ ਹੋ ਤੁਸੀਂ, ਇੱਕ ਤਾਂ ਹੈ ਜਿਹੜੇ ਸਿਰਫ ਓਪੀਡੀ ਚਲਾਉਂਦੇ ਨੇ ਉਹਨਾਂ ਕੋਲੋਂ ਕੋਈ ਇਨਡੋਰ ਦਾ ਇੰਤਜ਼ਾਮ ਨਹੀਂ, ਉਹਨਾਂ ਕੋਲੋਂ ਕੋਈ ਪੀਪੀਈ ਨਹੀਂ। ਓਪੀਡੀ ਅੱਜ ਕੱਲ ਜਿਹੜੇ ਰੂਟੀਨ ਵਾਲੇ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਰੂਟੀਨ ਓਪੀਡੀ ਵਰਕ ਬੰਦ ਕਰ ਦਿੱਤਾ ਗਿਆ। ਨਹੀਂ ਸਰ ਜਿੱਥੇ ਸਰ ਅਸੀਂ ਸਵਾਲ ਇਹ ਕਰ ਰਹੇ ਹਾਂ ਜਿੱਥੇ ਜਿੱਥੇ ਡਾਕਟਰੀ ਅਮਲੇ ਦੀ ਕਮੀ ਹੈ ਉੱਥੇ ਜਾ ਕੇ ਉਹ ਸੇਵਾਵਾਂ ਨਿਭਾ ਦੇਣ। फैसला लेना चाहिए डॉक्टर तैयार है डॉक्टर जुड़े हुए हैं असं तैयार हाँ सेवावां देने के लिए वो तो कोई दिशा निर्देश मैं तो अभी तक पढ़िया नहीं सर जो तुहाडे कोल कोई हैगा दस दो अज साडे दर्शकां नूं भी पता लग जाएगा। नहीं ये देखो जी जेड़ा गवर्नमेंट का डायरेक्टिव है कि तुसी जेड़ी प्रोटेक्शन दे हिसाब नाल चाहे तो जा सकते हो लेकिन अगर एमरजेंसी कल नू इस वधी तो गवर्नमेंट ये भी डायरेक्टिव दे सकती है तो आईएमए भी डायरेक्टिव दे देगी कि सारे डॉक्टर उत्थे जरूरी होन उत्थे पहुंचेंगे वो जरूर अपना निभाएंगे फर्ज अपना लेकिन हाल की घड़ी तक वो सिचुएशन नहीं पहुंची है। ठीक तो डॉक्टर साहब कई थां तो अजिही खबरां भी आंदियां ने जिथे नर्सिज कहिंदियां ने कि सानूं बिना मास्क बिना सैनेटाइजर बिना हैंड ग्लव्स बिना पीपीई प्रेशर क्रिएट किया जा रहा है कि असी आइसोलेशन विच वार्ड विच जाके अपनी ड्यूटी दे के आईए नहीं तो साडियां तनखाहां जिहड़ियां ने ओह कट दित्तियां गईयां ने। कई सारे वीडियो जिहड़ा हैगा हालांकि पोलिटिकल प्लेटफॉर्म्स तो जिहड़ा हैगा वो रिलीज़ होए सीगे पर जिहड़ियां नर्सां सही बोल रहीआं सीगीआं ओह जिहड़ा सच बोल रहीआं ने उसनूं किवें देखी असी? देखो ये हस्पताल हस्पताल ते डिपेंडेंट है हॉस्पिटल मैनेजमेंट ते डिपेंडेंट है सारे इको जे नहीं होंदे ना सारिया मैनेजमेंट्स इको जिया होंदियां तुहाडे साडे विच भी सारे लोग चंगे नहीं होंदे सारे माड़े नहीं होंदे हर तरह के लोग हर जगह पाए जाणगे तुसी किसे कैटेगरी दे विचों भी वेख लो इहो जी एग्जाम्पल्स भैड़ियां भी नजर आनगियां चंगी खबर भी हैगी 40 साल तो घट उम्र के मरीज है वो सिर्फ 7% मरे है जबकि 60 साल तो वध दे मरीज 63% मरे है। ये डाटा तो तुसी सारा समझदे हो पर मेरा सवाल इससे नाल जुड़िया होया इटली चीन ते अमेरिका ते होर जिहड़े कंट्रीज है स्पेन वगैरह उन्हां विच भी इहो जिहा ही अंतर है जां साडे देश विच ही है? नहीं ये अंतर सब जगह है हर जगह एल्डरली दे विच मोर्टैलिटी रेट किते ज्यादा है बजाय यंगर पीपल दे जी एक एक्सेप्शन है कि जिथे भी यंगर एज वालियां नूं भी होर डिजीजेज हैगियां जे किसी नूं हाइपरटेंशन यंग एज दी है किसी नूं हार्ट डिजीज यंग एज च है जिसे नूं किडनी डिजीज यंग एज च है तो वो सारे भी उन्ने ही एक्सपोज ने जिवें एल्डरलीज ने क्योंकि एल्डरलीज दे विच रीजन खाली एज नहीं है इस करके है कि उन्हां दे विच दूजियां डिजीजेज नाल बहुत सारियां होंदियां जिवें मोस्टली पेशेंट्स नूं ब्लड प्रेशर होंदा है या शुगर होंदी है या लंग डिजीज होंदी है क्रॉनिक ब्रोंकाइटिस होंदा है या उन्हां नूं कैंसर दा ट्रीटमेंट चल के हटिया होंदा है
ਉਹਨਾਂ ਸਾਰੀ ਸਿਚੁਏਸ਼ਨਸ ਕਰਕੇ ਉਹਨਾਂ ਦੀ ਮੋਰਟੈਲਿਟੀ ਵੱਧਦੀ ਹੈ। ਤੋ ਜੇ ਯੰਗਰ ਲੋਕਾਂ ਦੇ ਵਿੱਚ ਵੀ ਇਹ ਸਾਰੇ ਫੈਕਟਰ ਹੋਣਗੇ ਤਾਂ ਉਹਨਾਂ 'ਚ ਵੀ ਮੋਰਟੈਲਿਟੀ ਵੱਧ ਜਾਂਦੀ ਹੈ। ਡਾਕਟਰ ਸਾਹਿਬ, ਇੱਕ ਗੱਲ ਤੁਸੀਂ ਪਹਿਲਾਂ ਵੀ ਕੀਤੀ ਸੀ, ਸਾਡੇ ਮੁਲਕ ਦੇ ਵਿੱਚ ਮਰੀਜ਼ ਹੋਰ ਕਿਹੜੇ ਕਿਹੜੇ ਹੈਗੇ ਆ, ਪੂਰੀ ਦੁਨੀਆਂ ਵਿੱਚ ਕਿਹੜੇ ਕਿਹੜੇ ਹੈਗੇ, ਟੀ ਬੀ ਦੇ, ਕੈਂਸਰ ਦੇ, ਮਲੇਰੀਆ ਦੇ, ਸਾਰੇ ਮਰੀਜ਼ਾਂ ਦੀ ਅਸੀਂ ਗੱਲ ਕਰਦੇ, ਸਾਡੇ ਕੋਲ ਡਾਟਾ ਸੀ ਪਿਆ ਹੋਇਆ। ਹੁਣ ਉਹ ਜਿਹੜੇ ਜਿਨ੍ਹਾਂ ਨੂੰ ਇਹ ਬਿਮਾਰੀਆਂ ਹੈਗੀਆਂ, ਉਹਨਾਂ ਦਾ ਇਲਾਜ ਬੰਦ ਹੋ ਗਿਆ ਜਾਂ ਉਹ ਬਿਮਾਰੀਆਂ ਹੁਣ ਕੋਰੋਨਾ ਵਾਇਰਸ ਦੇ ਡਰ ਹੇਠ ਛੁਪ ਗਈਆਂ, ਉਹ ਕਿੱਥੇ ਆ ਮਰੀਜ਼? ਉਹ ਜਿਹੜੇ ਕਰੋਨਿਕ ਮਰੀਜ਼ ਨੇ ਉਹ ਆਪਣਾ ਰੂਟੀਨ ਚੈੱਕਅਪ ਲਈ ਨਹੀਂ ਆ ਰਹੇ, ਉਹ ਆਪਣੀ ਦਵਾਈਆਂ ਰੈਗੂਲਰਲੀ ਖਾ ਰਹੇ ਨੇ ਤੇ ਡਾਕਟਰਾਂ ਨਾਲ ਟੈਲੀਫੋਨ ਤੇ ਸੰਪਰਕ ਸਥਾਪਿਤ ਕਰਕੇ ਆਪਣੀ ਦਵਾਈਆਂ ਐਡਜਸਟ ਕਰਵਾ ਰਹੇ ਨੇ ਜ਼ਿਆਦਾ ਲੋਕ। ਜਿਹੜੇ ਲੋਕ ਕੋਈ ਐਕਿਊਟ ਪ੍ਰੋਬਲਮ ਵਾਲੇ ਨੇ, ਉਹਨਾਂ ਹਸਪਤਾਲ ਵਾਲੇ ਐਮਰਜੈਂਸੀ ਖੁੱਲੀਆਂ ਤੇ ਸਾਰਿਆਂ ਦਾ ਬਾਕੀ ਟ੍ਰੀਟਮੈਂਟ ਦਾ ਇਲਾਜ ਹੋ ਰਿਹਾ। ਕਿਸੇ ਵੀ ਹਸਪਤਾਲ ਚ ਅਗਰ ਜਾਓਗੇ ਤਾਂ ਕਰੋਨਾ ਦੇ ਪੇਸ਼ੈਂਟ ਜ਼ਿਆਦਾ ਨਹੀਂ ਹੋਣਗੇ, ਜ਼ਿਆਦਾ ਪੇਸ਼ੈਂਟ ਦੂਜੇ ਹੀ ਨੇ ਹਾਲੇ ਵੀ ਜਿਹੜੇ ਦਾਖਲ ਨੇ, ਉਹਨਾਂ ਦਾ ਟ੍ਰੀਟਮੈਂਟ ਹੋ ਰਿਹਾ, ਉਹ ਬੰਦ ਨਹੀਂ ਹੋ ਗਿਆ। ਲੇਕਿਨ ਓਪੀਡੀ ਸਰਵਿਸ ਵਿੱਚ ਲੋਕ ਹੀ ਹਸਪਤਾਲ ਤੋਂ ਆਉਂਦਿਆਂ ਡਰਦੇ ਨੇ ਕਿ ਇੱਥੇ ਜਾਵਾਂਗੇ ਬਲੱਡ ਪ੍ਰੈਸ਼ਰ ਦਾ ਇਲਾਜ ਕਰਾਉਣ ਤੇ ਕਿਤੇ ਕਰੋਨਾ ਲੈ ਕੇ ਨਾ ਆ ਜਾਈਏ, ਇਸ ਡਰ ਦੇ ਮਾਰੇ ਲੋਕ ਆ ਹੀ ਨਹੀਂ ਰਹੇ। ਬਿਲਕੁਲ ਡਾਕਟਰ ਸਾਹਿਬ, ਇੱਕ ਕਾਲਰ ਵੀ ਸਾਡੇ ਨਾਲ ਜੁੜ ਰਹੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ, ਫਿਰ ਤੁਹਾਡੇ ਕੋਲ ਵਾਪਸ ਆਉਂਦੇ ਹਾਂ। ਹੈਲੋ ਜੀ, ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਤੇ ਜਸ ਟੀਵੀ ਵੇਖਣ ਵਾਲਿਆਂ ਨੂੰ, ਜਿਹੜੀ ਤੁਸੀਂ ਡਾਕਟਰ ਸਾਹਿਬ ਨੂੰ ਲਿਆ ਕੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ, ਬਹੁਤ ਬਹੁਤ ਧੰਨਵਾਦ ਜੀ ਇਹ ਮੁਸ਼ਕਿਲ ਘੜੀ 'ਚ। ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਤੁਸੀਂ? ਮੇਰਾ ਨਾਂ ਹੈਗਾ ਜੀ ਪ੍ਰਗਟ ਸਿੰਘ ਬੱਲ, ਮੈਂ USA ਕੈਲੀਫੋਰਨੀਆ ਸਟੇਟ ਤੋਂ ਬੋਲਦਾ ਜੀ। ਜੀ ਪ੍ਰਗਟ ਸਿੰਘ ਜੀ, ਕੈਲੀਫੋਰਨੀਆ ਵਿੱਚ ਇਸ ਵੇਲੇ ਕੀ ਪੋਜੀਸ਼ਨ ਹੈਗੀ, ਔਰ ਡਾਕਟਰ ਸਾਹਿਬ ਨੂੰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤੁਸੀਂ? ਡਾਕਟਰ ਸਾਹਿਬ ਕਹਿੰਦੇ ਆ ਵੀ ਆਪਣੇ ਹੈਲਥ ਮਹਿਕਮੇ ਦੀ ਬਹੁਤ ਕਰ ਰਹੇ, ਜਦੋਂ ਤੁਸੀਂ ਨਰਸਾਂ ਦੀ, ਡਾਕਟਰਾਂ ਦੀ, ਉਹਨਾਂ ਦੀ ਪ੍ਰੋਬਲਮ ਦੱਸੀ ਵੀ ਉਹ ਵਰਦੀ ਤੋਂ ਬਗੈਰ ਹੋਰ ਕਈ ਸਹੂਲਤਾਂ ਬਗੈਰ ਕੰਮ ਕਰ ਰਹੀਆਂ, ਤੇ ਮੈਨੂੰ ਲੱਗਦਾ ਤੁਸੀਂ ਜਾਂ ਦਿੱਲੀਓ ਜਾਂ ਬੰਬੇ ਤੋਂ ਇਹ ਡਾਕਟਰ ਸਾਹਿਬ ਨੂੰ ਕਾਲ ਤੇ ਲਿਆ ਕੇ ਤੇ ਪਿੰਡ ਵਾਲੇ ਜਾਂ ਪੰਜਾਬ ਦੇ ਸ੍ਰੀ ਅੰਮ੍ਰਿਤਸਰ ਤੋਂ ਕਿਸੇ ਨੂੰ ਲੈਂਦੇ ਹੋ ਜਾਂ ਉਹਨਾਂ ਬਾਰੇ ਪੁੱਛਦੇ ਹੋ ਜਿੱਥੇ ਏਡਾ ਮਾਣ ਬੰਦਾ ਇਲਾਜ ਨੂੰ ਆਪਣੀ ਘਰਦਿਆਂ ਨੂੰ ਵੀਡੀਓ ਬਣਾ ਕੇ ਉਹ ਆਡੀਓ ਕਾਲ ਪ੍ਰਬੰਧ ਨਹੀਂ ਹੈਗੇ। ਬਲ ਸਾਹਿਬ, ਮੈਂ ਇੱਕ ਗੱਲ ਦੱਸ ਦਵਾਂ ਤੁਹਾਨੂੰ, ਡਾਕਟਰ ਸਾਹਿਬ ਨੂੰ ਅਸੀਂ ਚੰਡੀਗੜ੍ਹ ਤੋਂ ਲੈ ਰਹੇ ਹਾਂ ਨਾਲ ਆਪਣੇ, ਔਰ ਡਾਕਟਰ ਸਾਹਿਬ ਦਾ ਜਿਹੜਾ ਤਜਰਬਾ ਹੈਗਾ ਦੇਖੋ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਸਿੱਧਾ ਸਵਾਲ ਤੁਹਾਡੇ ਕੋਲ ਹੀ ਹੈ, ਪ੍ਰਗਟ ਸਿੰਘ ਹਰਾਂ ਦੇ ਸਵਾਲ ਬੜੇ ਸਟ੍ਰੇਟ ਹੈ, ਤੁਸੀਂ ਸਟ੍ਰੇਟ ਜਵਾਬ ਦੇ ਦਿਓ ਤਾਂ ਬਿਹਤਰ ਹੋਵੇਗਾ। ਦੇਖੋ ਗੱਲ ਇਹ ਆ, ਪ੍ਰਗਟ ਸਿੰਘ ਜੀ ਦਾ ਜੋ ਸਵਾਲ ਹੈ ਉਹ ਜੋ ਇੱਥੇ ਦੱਸਿਆ ਜਾ ਰਿਹਾ ਉਹ ਜੇ ਵਾਇਰਲ ਟੀਵੀ ਆਪਣੇ ਆ ਰਹੇ ਨੇ ਕਲਿਪਸ, ਪੋਡਕਾਸਟ, ਨਿਊਯਾਰਕ ਹਸਪੀਟਲ ਦੇ ਵੀ ਅੱਜ ਕੱਲ ਜਿੱਥੇ ਕਿ ਇਸ ਵੇਲੇ ਇੰਨੇ ਜ਼ਿਆਦਾ ਮਰੀਜ਼ ਨੇ ਕਿ ਉੱਥੇ ਨਰਸਾਂ ਨੂੰ ਪ੍ਰੋਟੈਕਟਿਵ ਇਕਵਿਪਮੈਂਟ ਨਹੀਂ ਮਿਲ ਰਿਹਾ, ਡਾਕਟਰਾਂ ਨੂੰ ਨਹੀਂ ਮਿਲ ਰਿਹਾ, ਉੱਥੇ ਵੀ ਮਰੀਜ਼ਾਂ ਨੂੰ ਬੈੱਡ ਨਹੀਂ ਮਿਲ ਰਿਹਾ। ਜਦੋਂ ਲੋਡ ਜ਼ਿਆਦਾ ਹੋਏਗਾ ਤੇ ਇਹੋ ਜਿਹੀ ਪ੍ਰੋਬਲਮ ਹਰ ਜਗ੍ਹਾ ਹੁੰਦੀ ਹੈ। ਸਾਡਾ ਪਰਪਸ ਇਸ ਵੇਲੇ ਕੋਰੋਨਾ ਦੀ ਟ੍ਰੀਟਮੈਂਟ ਕਰਨ ਦੇ ਬਾਰੇ ਜ਼ਿਆਦਾ ਹੋ ਰਿਹਾ, ਬਜਾਏ ਕਿ ਸਾਡੀ ਹੈਲਥ ਫੈਸਿਲਿਟੀਜ਼ ਜਾਂ ਪੇ ਸਟਰਕਚਰ ਦੇ ਬਾਰੇ ਰਿਵੀਜ਼ਨ ਦੀ ਗੱਲ ਹੋਵੇ। ਇਹ ਉਹ ਡਿਫਰੈਂਟ ਇਸ਼ੂਜ਼ ਨੇ ਜਿਹੜੇ ਕਿ ਸਾਰੇ ਅੱਜ ਮੈਡੀਕਲ ਇਸ਼ੂਜ਼ ਆਫ ਕੋਰੋਨਾ ਦੇ ਵਿੱਚ ਕਿਉਂ ਆ ਰਹੇ ਨੇ ਮੈਨੂੰ ਨਹੀਂ ਸਮਝ ਆ ਰਹੀ। ਯਾਨੀ ਕਿ ਡਾਕਟਰ ਸਾਹਿਬ ਤੁਸੀਂ ਇਹ ਤਾਂ ਕਹਿਣਾ ਚਾਹੁੰਦੇ ਹੋ ਕਿ ਹੈਲਥ ਸਟਰਕਚਰ ਤੇ, ਹੈਲਥ ਬਜਟ ਤੇ ਸਾਡੀਆਂ ਸਰਕਾਰਾਂ ਨੂੰ ਕੰਮ ਕਰਨਾ ਪਵੇਗਾ, ਪੀਪੀਈ, ਵੈਂਟੀਲੇਟਰ, ਉਹਨਾਂ ਸਾਰਿਆਂ ਤੇ ਕੰਮ ਕਰਨਾ ਪਊਗਾ। ਜਦੋਂ ਵੀ ਕਦੇ ਇਦਾਂ ਦੀ ਕੋਈ ਆਪਦਾ ਆਉਂਦੀ ਹੈ ਉਦੋਂ ਸਾਰੀ ਦੁਨੀਆ ਬੋਲਦੀ ਹੈ, ਲੇਕਿਨ ਸਾਡੇ ਨੁਮਾਇੰਦੇ ਬਾਅਦ ਵਿੱਚ ਜਾ ਕੇ ਕਦੇ ਪਾਰਲੀਮੈਂਟ ਜਾਂ ਅਸੈਂਬਲੀ ਜਾ ਕੇ ਨਹੀਂ ਕਹਿੰਦੇ ਕਿ ਹੈਲਥ ਵਾਸਤੇ ਫੰਡ ਵਧਾਓ ਜਾਂ ਹੈਲਥ ਨੂੰ ਜ਼ਿਆਦਾ ਪੈਸੇ ਦੇਣੇ ਚਾਹੀਦੇ ਹੈ। ਤਨਖਾਹਾਂ ਵਧਣਗੀਆਂ ਤਾਂ ਖਾਲੀ ਡਾਕਟਰਾਂ ਦੀ ਨਹੀਂ ਵਧਣਗੀਆਂ, ਨਰਸਾਂ ਦੀਆਂ, ਜੀਡੀਏ ਦੀਆਂ,
ਸਟਾਫ ਕਰਮਚਾਰੀ ਦੀਆਂ ਜਿਹੜੇ ਹੈਲਥ ਵਰਕਰ ਸਾਡੇ ਫੀਲਡ 'ਚ ਕੰਮ ਕਰਦੇ ਨੇ ਸਾਰਿਆਂ ਵਾਸਤੇ। ਜਦ ਬਜਟ ਵਧੇਗਾ ਤਾਂ ਹੀ ਸਾਰਿਆਂ ਦੀਆਂ ਵਧਣਗੀਆਂ ਨਾ। ਡਾਕਟਰਾਂ ਦੀ ਤਨਖਾਹਾਂ ਤਾਂ ਹਾਲੇ ਵੀ ਠੀਕ ਠਾਕ ਨੇ, ਬਾਕੀ ਮੁਲਾਜ਼ਮਾਂ ਦੀਆਂ ਬਹੁਤ ਘੱਟ ਨੇ, ਉੱਥੇ ਜ਼ਿਆਦਾ ਵਧਾਉਣ ਦੀ ਲੋੜ ਹੈ। ਚਲੋ ਡਾਕਟਰ ਸਾਹਿਬ, ਇੱਕ ਆਖਰੀ ਸਵਾਲ, ਤੁਸੀਂ ਸਰਕਾਰੀ ਅਦਾਰੇ 'ਚ ਵੀ ਕੰਮ ਕੀਤਾ ਅਤੇ ਨਿੱਜੀ ਅਦਾਰੇ ਵਿੱਚ ਵੀ ਕੰਮ ਕਰ ਰਹੇ ਹੋ, ਕਿੱਥੇ ਜ਼ਿਆਦਾ ਤੁਹਾਨੂੰ ਲੱਗਦਾ ਕਿ ਤੁਸੀਂ ਆਪਦੇ ਹਿਸਾਬ ਦੇ ਨਾਲ ਕੰਮ ਕਰ ਪਾ ਰਹੇ ਹੋ, ਜਿੰਨਾ ਤੁਹਾਨੂੰ ਗਿਆਨ ਹੈ, ਜਿਵੇਂ ਤੁਹਾਡਾ ਨਾਮ ਹੈ, ਉਸ ਤਰੀਕੇ ਨਾਲ ਆਪਦੇ ਆਪ ਨੂੰ ਤੁਸੀਂ ਮਰੀਜ਼ਾਂ ਦੇ ਲੇਖੇ ਲਾ ਪਾ ਰਹੇ ਹੋ? ਦੇਖੋ, ਹਰ ਜਗ੍ਹਾ ਆਪਣਾ 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 ਰੋਲ, ਡਿਫਰੈਂਟ ਰੋਲ ਹੈ। ਇੱਥੇ ਤੁਸੀਂ ਥੋੜੇ ਮਰੀਜ਼ ਦੇਖਦੇ ਹੋ, ਸੀਰੀਅਸ ਮਰੀਜ਼ ਦੇਖਦੇ ਹੋ ਤੇ ਉਹਨਾਂ ਦਾ ਪੂਰੇ ਹੱਦ ਤੱਕ ਇਲਾਜ ਕਰ ਸਕਦੇ ਹੋ। ਮੇਰੇ ਸਰਕਾਰੀ ਹਸਪਤਾਲਾਂ 'ਚ ਬਹੁਤ ਜ਼ਿਆਦਾ ਮਰੀਜ਼ ਦੇਖਦੇ ਹੋ, ਉਹਨਾਂ ਦਾ ਪੂਰੇ ਹੱਦ ਤੱਕ ਇਲਾਜ ਨਾ ਕਰ ਸਕੋ, ਲੇਕਿਨ ਔਨ ਦੀ ਹੋਲ ਉਹ ਵੀ ਸਰਵਿਸ ਬੜੀ ਜ਼ਰੂਰੀ ਹੈ ਅਤੇ ਲੋਕਾਂ ਵਾਸਤੇ, ਜਿਹੜੀ ਛੋਟੀ ਮੋਟੀ ਪ੍ਰੋਬਲਮਸ ਵਾਸਤੇ ਉਹ ਹੈਲਥ ਫੈਸਿਲਿਟੀ ਜੋ ਉਹ ਪ੍ਰੋਵਾਈਡ ਕਰ ਰਹੇ ਨੇ ਉਹ ਪ੍ਰਾਈਵੇਟ ਪ੍ਰੋਵਾਈਡ ਨਹੀਂ ਕਰ ਸਕਦੇ। ਠੀਕ ਹੈ, ਠੀਕ ਹੈ ਡਾਕਟਰ ਸਾਹਿਬ, ਬਹੁਤ ਸੰਜੀਦਗੀ ਨਾਲ ਤੁਸੀਂ ਜਵਾਬ ਦਿੱਤਾ ਮੇਰੇ ਸਵਾਲ ਦਾ, ਪਰ ਤੁਸੀਂ ਇਹ ਨਹੀਂ ਦੱਸਿਆ ਤੁਹਾਨੂੰ ਸੰਤੁਸ਼ਟੀ ਕਿੱਥੇ ਜ਼ਿਆਦਾ ਮਿਲੀ ਹੈ, ਪ੍ਰਾਈਵੇਟ ਜਾਂ ਸਰਕਾਰੀ 'ਚ? ਮੈਂ ਤੁਹਾਨੂੰ ਕਿਹਾ ਜੀ, ਦੋਨੋਂ ਜਗ੍ਹਾ ਮਿਲੀ ਹੈ ਸੰਤੁਸ਼ਟੀ। ਪ੍ਰਾਈਵੇਟ 'ਚ ਹੋਰ ਤਰ੍ਹਾਂ ਦੀ ਹੈ, ਸਰਕਾਰੀ 'ਚ ਹੋਰ ਤਰ੍ਹਾਂ ਦੀ ਹੈ, ਲੇਕਿਨ ਦੋਨੋਂ ਜਗ੍ਹਾ ਸੰਤੁਸ਼ਟੀ ਹੈ। ਚਲੋ, ਬਹੁਤ ਬਹੁਤ ਧੰਨਵਾਦ ਸਰ ਤੁਹਾਡਾ, ਤੁਸੀਂ ਇੰਨਾ ਕੀਮਤੀ ਸਮਾਂ ਦਿੱਤਾ ਅਤੇ ਬਹੁਤ ਨਮਸਕਾਰ, ਧੰਨਵਾਦ ਤੁਹਾਡਾ ਵੀ, ਸਾਡੇ ਤੁਹਾਡੇ ਦੋਨਾਂ ਦਾ, ਤੁਹਾਡੀ ਚੈਨਲ ਦਾ, ਨਾਲ ਸਾਰੇ ਸਰੋਤਾਵਾਂ ਦਾ। ਉਮੀਦ ਹੈ ਕਿ ਜੋ ਮੈਂ ਦੱਸਿਆ ਉਹ ਕਿਸੇ ਦੇ ਕੰਮ ਆ ਸਕੇਗਾ ਤੇ ਲੋਕੀ ਕੋਰੋਨਾ ਤੋਂ ਬਚਣ ਦੇ ਬਾਰੇ ਕੁਝ ਹੋਰ ਸੋਚ ਸਕਣਗੇ। ਬਹੁਤ ਧੰਨਵਾਦ ਸਰ, ਬਹੁਤ ਧੰਨਵਾਦ। ਕੁੱਲ ਮਿਲਾ ਗਗਨ ਇਹ ਹੈ ਕਿ ਕੋਰੋਨਾ ਉਮਰ ਨਹੀਂ ਪੁੱਛਦਾ, ਕਿਉਂਕਿ ਜੇ ਅਸੀਂ ਜਿਹੜੇ ਅੰਕੜੇ ਚਲਾ ਰਹੇ ਹਾਂ ਉਸ ਅੰਕੜੇ ਦੇ ਮੁਤਾਬਕ ਕੋਰੋਨਾ ਕਿਸੇ ਵੀ ਉਮਰ 'ਤੇ ਹਾਵੀ ਹੋ ਸਕਦਾ। ਬਿਲਕੁਲ, ਕਿਸੇ ਵੀ ਉਮਰ 'ਤੇ ਹਾਵੀ ਹੋ ਸਕਦਾ, ਔਰ ਕੋਰੋਨਾ ਨਾਲ ਟੱਕਰ ਲੈਣ ਦੀ, ਉਸਨੂੰ ਚੈਲੇਂਜ ਕਰਨ ਦੀ ਕੋਸ਼ਿਸ਼ ਨਾ ਕਰੋ। ਇੱਕ ਅਪੀਲ ਅਸੀਂ ਲਗਾਤਾਰ ਆਪਣੇ ਦਰਸ਼ਕਾਂ ਨੂੰ ਕਰ ਰਹੇ ਹਾਂ, ਜਿਹੜੇ ਵੀ ਪੂਰੀ ਦੁਨੀਆ ਸਾਨੂੰ ਸੁਣ ਰਹੇ ਨੇ, ਇਸ ਵੇਲੇ ਸਟੋਰੇਜ ਕਰਨ ਦਾ ਟਾਈਮ ਨਹੀਂ ਹੈਗਾ। ਬਹੁਤੇ ਲੋਕਾਂ ਨੇ ਮਾਸਕ, ਸੈਨੇਟਾਈਜ਼ਰ, ਹੈਂਡ ਗਲਵਸ, ਪੀਪੀਜ਼ ਘਰਾਂ ਵਿੱਚ ਸਟੋਰ ਕਰ ਲਏ ਨੇ, ਆਪਣੇ ਲਈ ਸਟੋਰ ਕਰ ਲਏ ਨੇ, ਵੈਂਟੀਲੇਟਰ ਦੀ ਬਲੈਕ ਵੀ ਹੋਇਆ। ਇਸ ਵੇਲੇ ਲੋੜ ਹੈਗੀ ਹੈ ਉਹਨਾਂ ਡਾਕਟਰਸ ਨੂੰ ਜਿਹੜੇ ਹਸਪਤਾਲਾਂ ਵਿੱਚ ਇਸ ਜੰਗ ਦੇ ਖਿਲਾਫ਼ ਫਰੰਟ ਫੁੱਟ ਵਾਰੀਅਰਸ ਨੇ, ਉਹਨਾਂ ਦੇ ਲਈ। ਜੇਕਰ ਤੁਸੀਂ ਨਹੀਂ ਭੇਜ ਸਕਦੇ, ਤੁਹਾਡੇ ਕੋਲ ਸਮਾਨ ਪਿਆ, ਤੁਸੀਂ ਜਸ ਬ੍ਰੋਡਕਾਸਟਿੰਗ ਨੂੰ ਦੱਸੋਗੇ, ਜਸ ਹੈਲਪਲਾਈਨ 'ਤੇ ਦੱਸ ਸਕਦੇ ਹੋ, ਸਾਡੇ ਵਲੰਟੀਅਰਸ ਆਣਗੇ ਤੁਹਾਡੇ ਕੋਲੋਂ ਕਲੈਕਟ ਕਰਨਗੇ, ਉਸਨੂੰ ਡਾਕਟਰਸ ਤੱਕ ਲੈ ਕੇ ਜਾਣਗੇ। ਪਰ ਇਹ ਕੋਸ਼ਿਸ਼ ਜਿਹੜੀ ਹੈਗੀ ਹੈ, ਇਸ ਨੂੰ ਸਮਝੋ, ਇਹ ਅਪੀਲ ਹੈਗੀ ਹੈ, ਰਿਕੁਐਸਟ ਹੈਗੀ ਹੈ ਕਿ ਉਹਨਾਂ ਡਾਕਟਰਸ ਦੀ ਅਸੀਂ ਮਦਦ ਕਰੀਏ ਜਿਹੜੇ ਫਰੰਟ ਫੁੱਟ ਵਾਰੀਅਰਸ ਨੇ। ਅਸੀਂ ਲੜਾਈ ਇਕੱਠੇ ਹੋ ਕੇ ਲੜ ਸਕਦੇ ਹਾਂ, ਲੜਾਈ ਸਾਨੂੰ ਲੜਨੀ ਪਵੇਗੀ। ਪਰ ਜਿਹੜੇ ਸਵਾਲ ਅਸੀਂ ਅੱਜ ਕੋਸ਼ਿਸ਼ ਕਰ ਰਹੇ ਹਾਂ ਪੁੱਛਣ ਦੀ, ਇਹ ਸਵਾਲ ਆਉਣ ਵਾਲੇ ਸਮੇਂ 'ਚ ਹੋਰ ਤਿੱਖੇ ਹੋ ਕੇ ਵੀ ਪੁੱਛੇ ਜਾਣਗੇ, ਪਰ ਅੱਜ ਵੇਲਾ ਨੁਕਤਾਚੀਨੀ ਦਾ ਕੱਟ ਅਤੇ ਲੜਨ ਦਾ ਜ਼ਿਆਦਾ ਹੈਗਾ ਅਤੇ ਇੱਕਜੁੱਟਤਾ ਦਾ ਜ਼ਿਆਦਾ ਹੈਗਾ। ਦੂਰ ਰਹਿ ਕੇ ਨੇੜਤਾ ਬਣਾ ਕੇ ਰੱਖਣੀ ਹੈ, ਇਹੀ ਅਸੀਂ ਕਹਿਣਾ ਚਾਹੁੰਦੇ। ਸੋਸ਼ਲ ਡਿਸਟੈਂਸਿੰਗ ਦਾ ਮਤਲਬ ਤੁਸੀਂ ਇਹ ਨਾ ਸਮਝ ਲਿਓ ਕਿ ਅਸੀਂ ਸਮਾਜਿਕ ਪਾੜਾ ਪਾਲਣਾ ਆਪਦੇ ਵਿੱਚ, ਇਹ ਹੁਣ ਇਕੱਠੇ ਹੋਣ ਦਾ ਵੇਲਾ ਅਤੇ ਇਕੱਠੇ ਹੋ ਜਾਓ ਅਤੇ ਸਮਝ ਆਓ ਕਿ ਅੱਜ ਦੁਨੀਆ ਨੂੰ, ਦੇਸ਼ ਨੂੰ, ਕੌਮ ਨੂੰ ਕਿਹਦੀ ਜ਼ਰੂਰਤ ਹੈ, ਕੀ ਹੈ ਜ਼ਰੂਰਤ ਹੈ, ਕੀ ਹੈ ਇੱਕਜੁੱਟਤਾ ਦੀ, ਸਾਥ ਦੀ। ਜੇ ਸਾਥ ਦੇਵਾਂਗੇ ਤਾਂ ਕਰੋਨਾ ਕੀ ਅਸੀਂ ਸਾਰਿਆਂ ਨਾਲ ਲੜ ਲਵਾਂਗੇ ਜਿਹੜਾ ਸਾਡੇ ਵਿਰੁੱਧ ਖੜ੍ਹਾ ਹੋਵੇਗਾ। ਬਹੁਤ ਧੰਨਵਾਦ।